ਧਨ ਧਨ ਪਿਤਾ ਧਨ ਧਨ ਕੁਲ ਧਨ ਧਨ ਸੋ ਜਨਨੀ ਜਿਨ ਗੁਰੂ ਜਣਿਆ ਮਾਏ ਸਤਿਗੁਰ ਮੇਰਾ ਸਦਾ ਦਿਆਲਾ ਮੋਹੇ ਦੀਨ ਕੋ ਰੱਖ ਲੀਆ ਕਾਟਿਆ ਰੋਗ ਮਹਾਂ ਸੁਖ ਪਾਇਆ ਹਰ ਅੰਮ੍ਰਿਤ ਮੁਖ ਨਾਮ ਦੀਆ ਅਨੇਕ ਪਾਪ ਮੇਰੇ ਪਰ ਹਰਿਆ ਬੰਧਨ ਕਾਟੇ ਮੁਕਤ ਭਏ ਅੰਧਕੂਪ ਮਹਾਂ ਘੋਰ ਤੇ ਬਾਂ ਪਕਰ ਪੁਰ ਕਾਢ ਲੀਏ ਨਿਰਭਉ ਭਏ ਸਗਲ ਭਉ ਮਿਟਿਆ ਰਾਖੇ ਰਾਖਣ ਹਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਭ ਸਵਾਰੇ ਐਸੀ ਦਾਤ ਤੇਰੀ ਪ੍ਰਭ ਮੇਰੇ ਕਾਰਜ ਸਭ ਸਵਾਰੇ ਸ਼ਬਦ ਬ੍ਰਹਮ ਸਤਿਗੁਰੂ ਜੁਗੋ ਜੁਗ ਅਟਲ ਦੋ ਜਹਾਨਾਂ ਦੇ ਵਾਲੀ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਗੋਦ ਦੇ ਅੰਦਰ ਸੁਭਾਈਮਾਨ ਗੁਰੂ ਪਿਆਰੀ ਸਾਹ ਸੰਗਤ ਜੀਓ ਫਤਿਹ ਨਾਲ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਜਗਤ ਗੁਰੂ ਧੰਨ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਆਗਮਨ ਪੁਰਬ ਨੂੰ ਸਮਰਪਿਤ ਧੰਨ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਪਾਵਨ ਪਵਿੱਤਰ ਚਰਨਾਂ ਦੇ ਨਾਲ ਪਵਿੱਤਰ ਹੋਈ ਧਰਤੀ ਨਾਨਕ ਮੱਤਾ ਸਾਹਿਬ ਵਿਖੇ ਗੁਰਦੁਆਰਾ ਸਾਹਿਬ ਵਿਖੇ ਇਕੱਤਰ ਹੋਏ ਹਾਂ। ਆਪਣਾ ਵੀ ਮੈਂ ਵੱਡੇ ਭਾਗ ਸਮਝਦਾ ਕਿ ਅੱਜ ਪਹਿਲੀ ਵਾਰ ਇਸ ਸਥਾਨ 'ਤੇ ਆਉਣ ਦਾ ਮੌਕਾ ਮਿਲਿਆ। ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਮੇਰੇ ਤੋਂ ਪਹਿਲਾਂ ਵੀਰ ਜੀ ਹੋਰਾਂ ਨੇ ਹੈੱਡ ਗ੍ਰੰਥੀ ਸਾਹਿਬ ਅਤੇ ਬਜ਼ੁਰਗ ਸਾਹਿਬਾਨ ਨੇ ਕਵਿਤਾਵਾਂ ਦੇ ਰਾਹੀਂ ਜਾਂ ਇਤਿਹਾਸ ਦੇ ਰਾਹੀਂ ਆਪ ਜੀ ਨਾਲ ਸਾਂਝ ਪਾਈ ਹੈ। ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਜੀ ਦੇ ਜਦੋਂ ਪ੍ਰਕਾਸ਼ ਹੋਇਆ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਤੋਂ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਦੋ ਪੰਕਤੀਆਂ ਲਿਖੀਆਂ ਜਿਹੜੀਆਂ ਬਾ ਕਮਾਲ ਪੰਕਤੀਆਂ। ਜਦੋਂ ਨਾਮ ਰੱਖਣ ਦੀ ਗੱਲ ਆਈ ਹੈ ਨਾਨਕ ਸ਼ਬਦ ਆਇਆ ਹੈ ਅਤੇ ਨਾਨਕ ਸ਼ਬਦ ਰੱਖ ਦਿੱਤਾ ਗਿਆ ਅਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੇ ਨਾਨਕ ਸ਼ਬਦ ਦੇ ਅਰਥ ਬੜੇ ਕਮਾਲ ਦੇ ਕੀਤੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਨੇ ਹਰ ਦੋ ਨੂਨੇ ਨਾਮ ਪਾਕਸ਼ ਨਿਮੋ ਨਸੀਰ ਆਲਫੋ ਮਿਆਨੇ ਅਹਿਦ ਕਾਫ ਆਖਰੀ ਰਾ ਕਬੀਰ। ਗੱਲ ਇੰਨੀ ਕੁ ਹੈ ਕਿ ਨਾਨਕ ਨਿਰਮਲ ਪੰਥ ਚਲਾਇਆ ਜਾਂ ਇਹ ਪੰਕਤੀ ਪੜ੍ਹਦਿਆਂ ਮਿੱਟੀ ਧੁੰਦ ਜਗ ਚਾਨਣ ਹੋਆ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਜੋ ਕਿਹਾ ਉਹਨਾਂ ਦੇ ਜੀਵਨ ਦੇ ਵਿੱਚੋਂ ਝਲਕਦਾ ਵੀ ਹੈ। ਸਤਿਗੁਰੂ ਉਹ ਏ ਜੋ ਸਤਿਗੁਰੂ ਨੇ ਗੱਲ ਕਹੀ ਅਤੇ ਉਹ ਪ੍ਰੈਕਟੀਕਲ ਤੌਰ 'ਤੇ ਕੀਤੀ ਵੀ। ਮੈਂ ਇੱਕ ਸ਼ਬਦ ਇੱਥੋਂ ਸ਼ੁਰੂਆਤ ਕਰਨ ਲੱਗਾ ਬਈ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਨਾਮ ਕਿੰਨਾ ਪਵਿੱਤਰ ਹੈ, ਨਾਮ ਦੇ ਅਰਥ ਕਿੰਨੇ ਕਮਾਲ ਦੇ ਕੀਤੇ ਭਾਈ ਨੰਦ ਲਾਲ ਜੀ ਨੇ, ਅਤੇ ਜਿਸ ਤਰ੍ਹਾਂ ਦੇ ਅਰਥ ਕੀਤੇ ਆ ਗੁਰੂ ਨਾਨਕ ਦੇ ਪਾਤਸ਼ਾਹ ਦਾ ਸਾਰਾ ਜੀਵਨ ਵੀ ਉਸ ਤਰ੍ਹਾਂ ਦਾ ਹੈ ਜਿਸ ਤਰ੍ਹਾਂ ਦੇ ਅਰਥ ਕੀਤੇ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਦੋ ਨੰਨੇ ਨੇ, ਇੱਕ ਕੰਨਾ ਹੈ ਤੇ ਇੱਕ ਕੱਕਾ ਹੈ। ਹਰ ਦੋ ਨੂਨੇ ਨਾਮ ਪਾਕਸ਼ ਪਾਕਸ਼ ਪਵਿੱਤਰ ਦੋਨੇ ਨੰਨੇ ਨਿਮੋ ਨਸੀਰ। ਪਹਿਲੇ ਦਾ ਅਰਥ ਹੈ ਨਿਮੋ, ਨਿਮੋ ਦਾ ਅਰਥ ਹੁੰਦਾ ਹੈ ਨਿਆਮਤਾਂ ਵੰਡਣ ਵਾਲੇ।
ਬਖਸ਼ਿਸ਼ਾਂ ਕਰਨ ਵਾਲੇ। ਨਸੀਰ ਦਾ ਅਰਥ ਹੈ ਮਦਦਗਾਰ। ਗੁਰੂ ਨਾਨਕ ਦੇ ਪਾਤਸ਼ਾਹ ਮਦਦਗਾਰ ਨੇ, ਗੁਰੂ ਨਾਨਕ ਦੇ ਪਾਤਸ਼ਾਹ ਬਖਸ਼ਿਸ਼ਾਂ ਵੰਡਣ ਵਾਲੇ ਨੇ। ਗੁਰੂ ਅਰਜਨ ਦੇ ਪਾਤਸ਼ਾਹ ਮਹਾਰਾਜ ਨੇ ਤਾਂ ਹੀ ਤਾਂ ਕਿਹਾ ਨਾ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕੱਲ ਰਾਖੀ ਮੇਰੀ। ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ, ਹਰ ਦੋ ਨੂਨੇ ਨਾਮ ਪਾਕਿਸ਼ ਨਈਮੋ ਨਸੀਰ ਆਲਫੋ ਮਿਆਨੇ ਅਹਿਦ ਕੰਨਾ। ਉਹ ਹੱਦ ਤੋਂ ਪਰੇ ਆ ਗੁਰੂ ਨਾਨਕ ਦੇ ਪਾਤਸ਼ਾਹ। ਕਿੰਨੀ ਕੁ ਮਹਿਮਾ ਕਹਿ ਲਾਂਗੇ ਜੀ, ਕਿਹੜਾ ਕਿਹੜਾ ਗੁਣ ਬਿਆਨ ਕਰਾਂਗੇ, ਕਿਹੜੀ ਕਿਹੜੀ ਉਹਨਾਂ ਦੀ ਤਾਰੀਫ ਕਰਾਂਗੇ। ਅਲਫੋ ਮਿਆਨੇ ਅਹਿਦ, ਕਾਫ ਆਖਰੀ ਰਾਹ ਕਬੀਰ। ਕਾਫ ਦਾ ਅਰਥ ਹੈ ਕੱਕਾ, ਕੱਕੇ ਦਾ ਅਰਥ ਹੈ ਕਬੀਰ, ਕਬੀਰ ਦਾ ਅਰਥ ਹੁੰਦਾ ਵੱਡਾ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਸਭ ਤੋਂ ਵੱਡੇ ਹਨ। ਪਹਿਲੇ ਨੰਨੇ ਦਾ ਅਰਥ ਕੀਤਾ ਨਿਆਮਤਾਂ ਕਰਨ ਵਾਲੇ, ਦੂਸਰੇ ਨੰਨੇ ਦਾ ਅਰਥ ਕੀਤਾ ਬਖਸ਼ਿਸ਼ਾਂ, ਮਦਦਗਾਰ ਗੁਰੂ ਨਾਨਕ ਦੇ ਪਾਤਸ਼ਾਹ। ਕੰਨੇ ਦਾ ਅਰਥ ਕੀਤਾ ਕਿ ਉਹ ਹੱਦ ਤੋਂ ਪਰੇ ਨੇ, ਉਹਨਾਂ ਤੱਕ ਪਹੁੰਚ ਨਹੀਂ। ਜੇ ਕੋਈ ਕਹੇ ਮੈਂ ਪਾਰਾਵਾਰ ਪਾਲਾਂਗਾ। ਅਤੇ ਕੱਕੇ ਦਾ ਅਰਥ ਹੈ ਕਬੀਰ, ਗੁਰੂ ਨਾਨਕ ਦੇ ਪਾਤਸ਼ਾਹ ਬਹੁਤ ਵੱਡੇ ਨੇ, ਉਹਨਾਂ ਦੇ ਜਿੱਡਾ ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਹੋ ਜਾਣੈ ਸੋਏ, ਉਹੀ ਜਾਣ ਸਕਦਾ। ਗੱਲ ਕੀ ਹੈ, ਅੱਜ ਆਪਣੇ ਤੌਰ 'ਤੇ ਦੇਖੋ ਨਾਮ ਸਾਡੇ ਵੀ ਇਹ ਨਾਮ ਹੁੰਦਾ ਜੀ ਉਪਕਾਰ ਸਿੰਘ, ਕਦੇ ਭਾਵੇਂ ਪਾਣੀ ਨਾ ਪੁੱਛਿਆ ਹੋਵੇ ਦੂਜੇ ਨੂੰ। ਗੱਲ ਕੀ ਹੈ ਵੀ ਜੇ ਸੱਜਣਾ ਤੇਰਾ ਨਾਮ ਹੈ ਉੱਦਾਂ ਦਾ ਅਤੇ ਤੇਰਾ ਕਿਰਦਾਰ ਵੀ ਉੱਦਾਂ ਦਾ ਹੋਵੇ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੇ ਵਿੱਚ ਆ ਕੇ ਜੇਕਰ ਨਾਮ ਇੰਨਾ ਪਵਿੱਤਰ ਹੈ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਪਨ ਤੋਂ ਲੈ ਕੇ ਆਪਣੀ ਜ਼ਿੰਦਗੀ ਦੇ ਵਿੱਚ ਜਿੰਨੇ ਕਾਰਜ ਕੀਤੇ ਸਰੀਰਕ ਤੌਰ 'ਤੇ, ਜਿੰਨੇ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਗਿਆਨਤਾ ਦੇ ਵਿੱਚੋਂ ਲੋਕਾਂ ਨੂੰ ਕੱਢ ਕੇ ਧਰਮ ਦੇ ਲੜ ਲਾਇਆ, ਉਹ ਬੜੇ ਬਾਕਮਾਲ ਨੇ। ਇੱਕ ਇਤਿਹਾਸਕ ਗੱਲ ਚੇਤਾ ਰੱਖਣਾ ਸਾਧ ਸੰਗਤ, 38 ਸਾਲ ਦੀ ਉਮਰ ਦੇ ਵਿੱਚ ਜਵਾਨੀ ਹੈ, ਭਰ ਜਵਾਨੀ। ਭਰ ਜਵਾਨੀ ਦੇ ਵਿੱਚ ਬੰਦਾ ਇਹ ਸੋਚਦਾ ਕਿ ਮੈਂ ਇੱਦਾਂ ਦਾ ਕਾਰਜ ਕਰਨਾ ਕਿ ਮੈਂ ਆਪਣਾ ਘਰ ਚਲਾਵਾਂ, ਆਪਣਾ ਪਰਿਵਾਰ ਚਲਾਵਾਂ, ਆਪਣੇ ਪਰਿਵਾਰ ਨੂੰ ਸੰਭਾਲਾਂ, ਇਹ ਸਾਰਾ ਕੁਛ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ 38 ਸਾਲ ਦੀ ਉਮਰ ਹੈ ਅਤੇ 38 ਸਾਲ ਦੀ ਉਮਰ ਦੇ ਵਿੱਚ ਭਾਈ ਗੁਰਦਾਸ ਜੀ ਕਹਿੰਦੇ, ਚੜ੍ਹਿਆ ਸੋਧਣ ਧਰਤ ਲੁਕਾਈ ਜਵਾਨੀ। ਮੈਂ ਬੇਨਤੀ ਕਰਨ ਲੱਗਾ, ਜਵਾਨੀ ਕਿਹੜੇ ਪਾਸੇ ਲਾਣੀ? ਵੈਸੇ ਤਾਂ ਗੁਰੂ ਨਾਨਕ ਦੇ ਪਾਤਸ਼ਾਹ ਬਚਪਨ ਤੋਂ ਲੈ ਕੇ 70 ਸਾਲ ਤੱਕ ਸਾਰੀ ਧਰਮ ਦੇ ਲੇਖੇ ਲਾਈ। ਇਹਦਾ ਮਤਲਬ ਇਹ ਨਹੀਂ ਉਹਨਾਂ ਨੇ ਪਰਿਵਾਰ ਨਹੀਂ ਸੰਭਾਲਿਆ, ਉਹ ਸਾਰਾ ਕੁਛ ਕੀਤਾ, ਪਰਿਵਾਰ ਵੀ ਸੰਭਾਲਿਆ, ਸਾਰੇ ਕਾਰਜ ਕੀਤੇ। ਅਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ 38 ਸਾਲ ਦੀ ਉਮਰ ਦੇ ਵਿੱਚ, ਇਸੇ ਕਰਕੇ ਤਾਂ ਜਦੋਂ ਸੁਮੇਰ ਪਰਬਤ 'ਤੇ ਜਾਂਦੇ ਨੇ ਤਾਂ ਉਹ ਕਹਿੰਦੇ ਨੇ ਵੀ ਬਾਲਾ ਸ਼ਬਦ ਵਰਤਿਆ ਉਹਨਾਂ ਨੇ, ਬਾਲਾ। ਬਾਲਾ ਕਿਹਨੂੰ ਕਹਿੰਦੇ ਆ? ਬਚਪਨ ਨੂੰ। ਬਈ ਕਿਹੜੀ ਸ਼ਕਤੀ ਹੈ ਬਾਲਿਆ ਜਿਹੜੀ ਤੈਨੂੰ ਇੱਥੋਂ ਤੱਕ ਲੈ ਕੇ ਆਈ? ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਉੱਥੇ ਇੱਕ ਸ਼ਕਤੀ ਦਾ ਜ਼ਾਹਰ ਕੀਤਾ, ਮੇਰੇ ਕੋਲ ਇੱਕ ਸ਼ਕਤੀ ਹੈ। ਕਿਹੜੀ ਸ਼ਕਤੀ ਹੈ? ਗੁਰ ਸੰਗਤ ਬਾਣੀ ਬਿਨਾ ਦੂਜੀ ਓਟ ਨਹੀਂ ਹੈ ਰਾਈ। ਮੇਰੇ ਕੋਲ ਇਹ ਸ਼ਕਤੀ ਹੈ, ਗੁਰੂ ਦੀ ਸੰਗਤ ਹੈ, ਗੁਰਬਾਣੀ ਹੈ, ਅਤੇ ਇਹ ਬਾਣੀ ਸੀ। ਬਾਣੀ ਕਰਕੇ ਗੁਰੂ ਨਾਨਕ ਦੇ ਪਾਤਸ਼ਾਹ ਜਿੱਥੇ ਵੀ ਗਏ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਲੋਕਾਂ ਨੂੰ ਸਿੱਧੇ ਰਸਤੇ ਪਾਇਆ। ਪਹਿਲੇ ਨੰਬਰ 'ਤੇ ਆਪਾਂ ਨਾਮ ਤੋਂ ਗੱਲ ਕਰ ਲਈਏ ਵੀ ਗੁਰੂ ਨਾਨਕ ਦੇ ਪਾਤਸ਼ਾਹ ਮਦਦਗਾਰ ਨੇ, ਬਖਸ਼ਿਸ਼ਾਂ ਕਰਨ ਵਾਲੇ ਨੇ। ਕਿਹੜੀਆਂ ਬਖਸ਼ਿਸ਼ਾਂ ਕੀਤੀਆਂ? ਸਤ ਸੰਗਤ, ਇਹ ਦੁਨੀਆ, ਇਹ ਸਾਡੇ ਇਤਿਹਾਸ ਪੜ੍ਹ ਕੇ ਦੇਖੋ, ਹਿੰਦੁਸਤਾਨ ਦਾ ਇਤਿਹਾਸ ਪੜ੍ਹ ਕੇ ਦੇਖ ਲਓ, ਜਾਂ ਮੇਰੇ ਤੋਂ ਪਹਿਲਾਂ ਵੀ ਗੱਲ ਹੋ ਰਹੀ ਸੀ ਕਿ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ ਸੰਸਾਰ ਵਿੱਚ ਆਉਣ ਤੋਂ ਪਹਿਲਾਂ ਲੋਕਾਂ ਨੂੰ ਨੀਚ ਕਿਹਾ ਜਾਂਦਾ ਸੀ। ਜੇ ਕੋਈ ਰੱਬ ਦਾ ਨਾਮ ਜਪਦਾ ਫੜਿਆ ਜਾਂਦਾ ਸੀ, ਉਹਦੇ ਕੰਨ ਦੇ ਵਿੱਚ ਤੇਲ ਪਾ ਦਿੱਤਾ ਜਾਂਦਾ ਸੀ, ਉਹਦੀ ਜੀਭ ਕੱਟ ਦਿੱਤੀ ਜਾਂਦੀ ਸੀ, ਇਸ ਤਰ੍ਹਾਂ ਦੀਆਂ ਸਜ਼ਾਵਾਂ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਸੰਸਾਰ ਦੇ ਵਿੱਚ ਆ ਕੇ ਪਹਿਲੀ ਜਿਹੜੀ ਮਦਦਗਾਰ ਵਾਲੀ ਗੱਲ ਕੀਤੀ, ਗੁਰਬਾਣੀ ਦੇ ਵਿੱਚ ਇਹ ਪੰਕਤੀ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੈ ਸੰਗ ਸਾਥ, ਵੱਡਿਆਂ ਸੋਂ ਕਿਆ ਰੀਸ, ਜਿੱਥੇ ਨੀਚ ਸੰਭਾਲੀਏ ਨਾ
ਤਿੱਥੇ ਨਦਰ ਤੇਰੀ ਬਖਸ਼ੀਸ਼, ਇਹ ਗੱਲ ਕਹੀ ਨਹੀਂ। ਜਦੋਂ ਯਾਤਰਾ ਤੇ ਚੱਲਦੇ ਨੇ ਭਾਈ ਮਰਦਾਨਾ ਜੀ ਨੂੰ ਆਪਣਾ ਸਾਥੀ ਬਣਾਉਂਦੇ ਨੇ, ਤੇ ਪੱਕਾ ਹੀ ਸਾਥੀ ਬਣਾ ਲਿਆ, 50 ਸਾਲ 52 ਸਾਲ ਪੱਕਾ ਹੀ ਸਾਥੀ ਬਣਾਇਆ। ਜੇ ਨਸੀਰ ਨੇ ਤੇ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਪ੍ਰਗਟੀ ਤੌਰ ਤੇ ਕਰਦੇ ਵੀ ਪਏ। ਇੱਕ ਹੋਰ ਗੱਲ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੀ ਪਾਵਨ ਬਾਣੀ 'ਚ ਆਉਂਦੀ, ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਜੇ ਕੋਈ ਬੰਦਾ ਉੱਚੀ ਕੁੱਲ 'ਚ ਰਹਿ ਕੇ ਰੱਬ ਦਾ ਨਾਮ ਜਪਦਾ ਪਿਆ ਹੈ ਤੇ ਸ਼ਾਬਾਸ਼, ਉੱਚੀ ਕੁੱਲ 'ਚ ਰਹਿ ਕੇ ਰੱਬ ਦਾ ਨਾਮ ਜਪਦਾ ਪਿਆ ਸ਼ਾਬਾਸ਼। ਦੂਸਰੇ ਨੰਬਰ 'ਤੇ ਕਹਿੰਦੇ ਜੇ ਕੋਈ ਨੀਵੀਂ ਕੁੱਲ 'ਚ ਰਹਿ ਕੇ ਰੱਬ ਦਾ ਨਾਮ ਜਪਦਾ ਹੈ ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਮੇਰੇ ਮੱਥੇ ਤੋਂ ਲੈ ਕੇ ਮੇਰੇ ਪੈਰਾਂ ਤੱਕ ਚੰਮ ਲਾ ਕੇ, ਚਮੜਾ ਲਾ ਕੇ, ਮੇਰੇ ਸਰੀਰ ਦਾ ਮਾਸ ਲਾ ਕੇ ਜੁੱਤੀ ਬਣਾ ਕੇ ਉਹ ਬੰਦੇ ਦੇ ਪੈਰੀ ਪਾ ਦਿੱਤੀ ਜਾਵੇ। ਜਿਹੜਾ ਨੀਵੀਂ ਕੁੱਲ 'ਚ ਰਹਿ ਕੇ ਵਾਹਿਗੁਰੂ ਦਾ ਨਾਮ ਜਪਦਾ ਉਹਦੇ ਲੜ ਲੱਗਾ ਹੋਇਆ। ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ। ਗੁਰੂ ਨਾਨਕ ਦੇ ਪਾਤਸ਼ਾਹ ਜਾਤ ਕੁਲੀਨ ਉੱਚੀ, ਵੈਸੇ ਚੇਤਾ ਰੱਖਿਓ ਜਾਤ ਪਾਤ ਨੂੰ ਗੁਰਮਤਿ ਦੇ ਵਿੱਚ ਕੋਈ ਥਾਂ ਨਹੀਂ ਹੈ। ਇੱਥੇ ਭਗਤ ਰਵਿਦਾਸ ਜੀ ਵੀ ਆ, ਇੱਥੇ ਭਗਤ ਕਬੀਰ ਜੀ ਵੀ ਆ, ਇੱਥੇ ਭਗਤ ਧੰਨਾ ਜੀ ਵੀ ਆ, ਇੱਥੇ ਭਗਤ ਸੈਣਵੀ ਜੀ ਆ। ਇੱਥੇ ਬਿਨਾਂ ਜਾਤ ਪਾਤ ਤੇ ਸਾਰਿਆਂ ਨੂੰ ਸਰਵ ਸਾਂਝਾ ਸਥਾਨ ਦਿੱਤਾ, ਪਰ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਜੇ ਉੱਚੀ ਕੁੱਲ 'ਚ ਤੇਰਾ ਜਨਮ ਹੋ ਗਿਆ, ਤੂੰ ਰੱਬ ਦਾ ਨਾਮ ਜਪਦਾ ਪਿਆ ਏ ਤੇ ਤੈਨੂੰ ਸ਼ਾਬਾਸ਼ ਏ, ਪਰ ਕਹਿੰਦੇ ਜੇ ਨੀਵੀਂ ਕੁੱਲ 'ਚ ਰਹਿ ਕੇ ਰੱਬ ਦੇ ਲੜ ਲੱਗ ਗਿਆ ਤੇ ਇੰਨਾ ਮਾਣ ਦਿੱਤਾ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਮੇਰੇ ਸਰੀਰ ਦਾ ਮਾਸ ਲਾ ਕੇ ਜੁੱਤੀ ਬਣਾ ਕੇ ਉਹਦੇ ਪੈਰੀ ਪਾ ਦਿਓ। ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ। ਵਿੱਚ ਸਨਾਤੀ ਸੇਵਕ ਹੋਏ ਨਾਨਕ ਪਣੀਆਂ ਪੈਰੇ ਸੋਏ, ਪਣੀਆਂ ਦਰਦ ਹੁੰਦਾ ਜੁੱਤੀ ਜੁੱਤੀ ਬਣਾ ਕੇ ਉਹ ਸੱਜਣ ਦੇ ਪੈਰੀ ਪਾ ਦਿਓ। ਇੰਨਾ ਮਾਣ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਦਿੱਤਾ। ਅਗਲੀ ਗੱਲ ਆਪਾਂ ਸ਼ਬਦ ਪੜ੍ਹਦੇ ਹਾਂ, ਮਿੱਟੀ ਧੁੰਦ ਜਗ ਚਾਨਣ ਹੋਆ। ਇਹ ਸ਼ਬਦ ਮੈਨੂੰ ਲੱਗਦਾ ਅੱਜ ਵੀ ਪੜ੍ਹਿਆ ਗਿਆ ਤੇ ਕਿੰਨੀ ਵਾਰੀ ਪੜ੍ਹਿਆ ਗਿਆ ਤੇ ਕਿੰਨੀ ਵਾਰੀ ਸਟੇਜਾਂ ਤੋਂ ਪੜ੍ਹਿਆ ਜਾਂਦਾ ਤੇ ਹਰ ਸਾਲ ਪੜ੍ਹਿਆ ਜਾਂਦਾ। ਇੱਕ ਗੱਲ ਚੇਤਾ ਰੱਖਿਓ ਵੀ ਇੱਥੇ ਵੀ ਅਗਿਆਨਤਾ ਸੀ ਜਿੱਥੇ ਆਪਾਂ ਬੈਠੇ ਹਾਂ। ਇੱਥੇ ਵੀ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਜਦੋਂ ਆਉਂਦੇ ਨੇ ਤੇ ਚਾਨਣ ਕਿੰਨਾ ਦਿੱਤਾ, ਇਹੋ ਜਿਹਾ ਚਾਨਣ ਦਿੱਤਾ ਕਿ ਰਹਿੰਦੀ ਦੁਨੀਆਂ ਤੱਕ ਨਾਨਕ ਮਤਾ ਬਣ ਗਿਆ। ਬਸ ਇੱਥੋਂ ਗੱਲ ਚੁੱਕੋ ਕਿ ਉਹ ਚਾਨਣ ਅੱਜ ਸਾਡੇ ਵਿੱਚ ਵੀ ਹੋ ਗਿਆ, ਕੀ ਉਹ ਚਾਨਣ ਅੱਜ ਸਾਡੇ ਵਿੱਚ ਵੀ ਆਇਆ। ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਗਿਆਨ ਦਾ ਚਾਨਣ ਵੰਡਿਆ ਤੇ ਗਿਆਨ ਦਾ ਚਾਨਣ ਇਸ ਤਰੀਕੇ ਨਾਲ ਵੰਡਿਆ ਕਿ ਕੇਵਲ ਆਪਣੇ ਤੱਕ ਸੀਮਤ ਨਹੀਂ, ਆਪਣੇ ਪਰਿਵਾਰ ਤੱਕ ਸੀਮਤ ਨਹੀਂ, ਆਪਣੇ ਫਿਰਕੇ ਤੱਕ ਸੀਮਤ ਨਹੀਂ, ਜਾਂ ਆਪਣੀ ਕੌਮ ਤੱਕ ਸੀਮਤ ਨਹੀਂ। ਚੇਤਾ ਰੱਖਣਾ ਜਿੱਦਾਂ ਆਕਾਸ਼ ਦੇ ਵਿੱਚ ਬੱਦਲ ਆਉਂਦੇ ਨੇ ਵਰਖਾ ਕਰਦੇ ਆ, ਇੱਕੋ ਜਿਹੀ ਵਰਖਾ ਕਰਦੇ ਆ, ਕੋਈ ਵਿਤਕਰਾ ਨਹੀਂ। ਸੂਰਜ ਚੜ੍ਹਿਆ, ਸੂਰਜ ਨੇ ਕਿਰਨਾਂ ਦਿੱਤੀਆਂ ਤੇ ਜਦੋਂ ਕਿਰਨਾਂ ਦਿੱਤੀਆਂ ਤੇ ਉਹ ਕਿਰਨਾਂ ਵੀ ਇੱਕੋ ਜਿਹੀਆਂ, ਉਹ ਅਮੀਰ ਦੇ ਘਰ ਵੀ, ਗਰੀਬ ਦੇ ਘਰ ਵੀ, ਉੱਚੇ ਦੇ ਘਰ 'ਚ ਵੀ, ਨੀਵੇਂ ਦੇ ਘਰ 'ਚ ਵੀ, ਕਿਤੇ ਕੋਈ ਵਿਤਕਰਾ ਨਹੀਂ। ਤੇ ਜਦੋਂ ਚੰਦਨ ਕੋਲ ਜਾਂਦੇ ਹੋ, ਚੰਦਨ ਖੁਸ਼ਬੂ ਦਿੰਦਾ ਤੇ ਖੁਸ਼ਬੂ ਵੀ ਇੱਕੋ ਜਿਹੇ ਦਿੰਦਾ। ਉੱਥੇ ਕੋਈ ਚਲਾ ਜਾਵੇ, ਕਿਸੇ ਤਰ੍ਹਾਂ ਦਾ ਬੰਦਾ ਚਲਾ ਜਾਵੇ, ਉਹਨੇ ਖੁਸ਼ਬੂ ਇੱਕੋ ਜਿਹੀ ਦੇਣੀ। ਹੁਣ ਗੱਲ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਸਤਿਗੁਰੂ ਜਿੱਥੇ ਵੀ ਗਏ ਜਾਂ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਕੋਈ ਵੀ ਆ ਗਿਆ ਤੇ ਗੁਰੂ ਪਾਤਸ਼ਾਹ ਨੇ ਚਾਨਣ, ਗੁਰੂ ਪਾਤਸ਼ਾਹ ਨੇ ਗਿਆਨ, ਗੁਰੂ ਪਾਤਸ਼ਾਹ ਨੇ ਚੰਦਨ ਵਰਗੀ ਖੁਸ਼ਬੂ ਇੱਕੋ ਜਣ ਦਿੱਤੀ, ਕੋਈ ਵਿਤਕਰਾ ਨਹੀਂ। ਹੁਣ ਬੇਨਤੀ ਕਰ ਰਹੇ ਸੀ ਗਿਆਨੀ ਜੀ ਤੇ ਜ਼ਿਕਰ ਕੀਤਾ ਸੀ ਕਾਦੀ ਕੂੜ ਬੋਲ ਮਲ ਖਾਏ, ਬਾਹਮਣ ਨਾਵੇਂ ਜੀਆਂ ਘਾਏ, ਜੋਗੀ ਜੁਗਤ ਨਾ ਜਾਣੇ ਅੰਧ, ਤੀਨੇ ਉਜਾੜੇ ਕਾ ਬੰਧ। ਇਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਤੋਂ ਪਹਿਲਾਂ ਦਾ, ਪਰ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਗਿਆਨ ਦਾ ਚਾਨਣ ਵੰਡਿਆ, ਗਿਆਨ ਦੀ ਬਖਸ਼ਿਸ਼ ਕੀਤੀ ਤੇ ਉਸ ਸਮੇਂ ਵਿਤਕਰਾ ਨੇ ਕੀਤਾ। ਚੇਤਾ ਰੱਖਿਓ ਗੁਰਬਾਣੀ ਦੇ ਵਿੱਚੋਂ ਸਾਰੇ ਪ੍ਰਮਾਣ ਸਾਨੂੰ ਮਿਲਦੇ। ਜੇ ਮੁਸਲਮਾਨ ਵੀਰ ਆ ਗਿਆ ਉਹਨੂੰ ਇਹ ਨਹੀਂ ਕਿਹਾ ਆਪਣਾ ਧਰਮ ਛੱਡ ਦੇ, ਇਹ ਗੱਲ ਚੇਤਾ ਰੱਖਣਾ, ਇਹ ਕਿਤੇ ਨਹੀਂ ਕਿਹਾ। ਉਹਨੂੰ ਕਹਿੰਦੇ ਕੀ ਕਰਦਾ, ਕਹਿੰਦੇ ਜੀ ਮੁਸਲਮਾਨ, ਕਹਿੰਦੇ ਹਾਂਜੀ ਮੈਂ ਮੁਸਲਮਾਨ ਹਾਂ। ਕੀ ਕਰਦਾ, ਕਹਿੰਦੇ ਨਮਾਜ਼ ਅਦਾ ਕਰਦਾ, ਕਹਿੰਦੇ ਬੜਾ ਵਧੀਆ ਕਾਰਜ ਹੈ।
ਪਰ ਨਾਲ ਪੰਜ ਵਕਤ ਨਮਾਜ਼ ਕਰਦਾ ਤੇ ਪੰਜ ਕੰਮ ਕਰ। ਪੰਜ ਕੰਮ ਕਿਹੜਾ ਕਰਨਾ? ਪਹਿਲਾ ਸੱਚ, ਜੇ ਤੇਰੇ ਅੰਦਰ ਸੱਚ ਹੀ ਨਹੀਂ ਤੇ ਫਾਇਦਾ ਕੀ ਹੋਇਆ ਨਮਾਜ਼ ਅਦਾ ਕਰਨ ਦਾ। ਪਹਿਲਾ ਸੱਚ ਹਲਾਲ ਦੋਏ, ਦੂਸਰੇ ਨੰਬਰ ਤੇ ਹਲਾਲ ਦੀ ਕਮਾਈ ਕਰ, ਆਪਣੀ ਕਿਰਤ ਕਮਾਈ ਕਰ। ਚੇਤਾ ਰੱਖਣਾ ਜਿਹੜਾ ਗੁਰੂ ਨਾਨਕ ਦੇ ਪਾਤਸ਼ਾਹ ਨੇ ਸਾਨੂੰ ਸਿਧਾਂਤ ਦਿੱਤਾ, ਵੈਸੇ ਸਤਿਗੁਰਾਂ ਨੇ ਆਪ ਵੀ ਕਿਰਤ ਕੀਤੀ ਤੇ ਕਿਰਤੀ ਬਣਾਇਆ ਤੇ ਇੱਥੋਂ ਤੱਕ ਕਹਿ ਦਿੱਤਾ ਵੀ ਮੇਰਾ ਸਿੱਖ ਉਹ ਇਹ ਜਿਹੜਾ ਕਿਰਤ ਕਰਦਾ, ਜਿਹੜਾ ਕਿਰਤ ਨਹੀਂ ਕਰਦਾ ਉਹਨੂੰ ਸਿੱਖ ਨਹੀਂ ਕਿਹਾ। ਆਪਾਂ ਸ਼ਬਦ ਪੜ੍ਹਦੇ ਹਾਂ, ਗਿਆਨ ਵੀ ਹੋਣਾ ਗਾਵੈ ਗੀਤ, ਭੁੱਖੇ ਮੁੱਲਾ ਘਰੇ ਮਸੀਤ, ਮਖੱਟੂ ਹੋਏ ਕੈ ਕੰਨ ਪੜਾਏ, ਫਕਰ ਕਰੇ ਹੋਰ ਜਾਤ ਗਵਾਏ, ਗੁਰਪੀਰ ਸਦਾਏ ਮੰਗਣ ਜਾਏ, ਤਾਂ ਕੈ ਮੂਲ ਨਾ ਲੱਗਿਆ ਪਾਏ, ਕਰਨਾ ਕੀਏ ਘਾਲ ਖਾਏ। ਆ ਇਹ ਕੰਮ ਵੈਸੇ ਕਰ ਚੇਤਾ ਰੱਖਣਾ, ਬਾਬੇ ਨਾਨਕ ਦੀ ਤਸਵੀਰ ਪੂਜਣ ਲਈ ਸਾਨੂੰ ਗੁਰਬਾਣੀ ਦੇ ਵਿੱਚ ਕਿਤੇ ਨਹੀਂ ਜ਼ਿਕਰ ਆਇਆ, ਜੋ ਤਸਵੀਰਾਂ ਬਣੀਆਂ ਬਾਅਦ 'ਚ ਬਣੀਆਂ ਸਾਨੂੰ ਪਤਾ ਹੈ। ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਵੇਲੇ ਇਸ ਤਰ੍ਹਾਂ ਦੇ ਚਿੱਤਰਕਾਰ ਮੌਜੂਦ ਸੀ। ਜੇ ਗੁਰੂ ਅਰਜਨ ਦੇ ਪਾਤਸ਼ਾਹ ਚਾਹੁੰਦੇ ਤੇ ਜਿਹੜੇ ਮਹਾਂਪੁਰਖ ਦੀ ਬਾਣੀ ਪਹਿਲਾਂ ਸ਼ੁਰੂ ਹੁੰਦੀ ਸੀ ਨਾ, ਤੇ ਉਹ ਮਹਾਂਪੁਰਖ ਦਾ ਪਹਿਲਾਂ ਚਿੱਤਰ ਵੀ ਬਣਾ ਸਕਦੇ ਸੀ। ਅਸ਼ੋਕ ਸਮਰਾਟ ਦੇ ਇਸ ਵੇਲੇ ਬਣੀਆਂ ਹੋਈਆਂ ਮੂਰਤਾਂ ਅੱਜ ਤੱਕ ਮੌਜੂਦ ਨੇ, ਉਹ ਕਿੰਨਾ ਹਜ਼ਾਰਾਂ ਸਾਲ ਪਹਿਲਾਂ ਹੋਇਆ। ਗੁਰੂ ਪਾਤਸ਼ਾਹ ਨੇ ਸਾਨੂੰ ਇੱਕ ਸਿੱਖਿਆ ਦਿੱਤੀ ਵੀ ਤਸਵੀਰ ਕਿਹੜੀ ਹੈ? ਗੁਰ ਮੂਰਤ ਗੁਰ ਸ਼ਬਦ ਹੈ। ਅੱਜ ਪ੍ਰਕਾਸ਼ ਦਿਹਾੜਾ ਮਨਾ ਰਹੇ ਹੋ, ਮੇਰੇ ਕੋਲ ਵੀ ਹਜ਼ਾਰਾਂ ਮੈਸੇਜ ਆਏ, ਮੈਂ ਵੀ ਦੇਖੇ, ਤਸਵੀਰਾਂ ਭੇਜੀਆਂ ਜਾ ਰਹੀਆਂ, ਤਸਵੀਰਾਂ ਦੇ ਲੜ ਲੱਗੇ ਵੇ। ਮੈਂ ਇੱਕ ਬੇਨਤੀ ਕੀਤੀ ਇੱਕ ਸੱਜਣ ਨੂੰ ਜਵਾਬ ਦੇ ਕੇ, ਮੈਂ ਕਿਹਾ ਜੇ ਜਪਜੀ ਦਾ ਤੂੰ ਅੱਜ ਪਾਠ ਕੀਤਾ ਤੂੰ ਬਾਬੇ ਨਾਨਕ ਦੇ ਦਰਸ਼ਨ ਕਰ ਲਏ, ਜੇ ਨਹੀਂ ਕੀਤਾ ਤਾਂ ਤਸਵੀਰਾਂ ਜਿੰਨੀਆਂ ਮਰਜ਼ੀ ਭੇਜ ਦਿਓ। ਤੀਜੀ ਉਦਾਸੀ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਇਸਲਾਮ ਧਰਮ ਵੱਲ ਉਦਾਸੀ ਕੀਤੀ, ਬਗਦਾਦ ਦੀ ਧਰਤੀ 'ਤੇ ਗਏ ਅਤੇ 3 ਕੁ ਮਹੀਨੇ ਦੇ ਕਰੀਬ ਉੱਥੇ ਰਹਿੰਦੇ ਨੇ। ਸੰਗਤ ਦੇ ਪਿੱਛੇ ਆ ਕੇ ਇੱਕ ਸੱਜਣ ਰੋਜ਼ ਬਹਿੰਦਾ, ਕੀਰਤਨ ਸੁਣਦਾ ਅਤੇ ਇੰਨਾ ਜੀਵਨ ਬਦਲ ਗਿਆ, ਉਹਦੇ ਨਾਲ ਵਿਚਾਰ ਚਰਚਾ ਹੁੰਦੀ ਹੈ। ਅਤੇ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਉੱਥੋਂ ਆਉਣ ਲੱਗਦੇ ਨੇ ਅਤੇ ਹੁਣ ਉਹ ਕਹਿੰਦਾ, ਬਾਬਾ ਹੁਣ ਤੇਰੇ ਤੋਂ ਦੂਰ ਨਾ ਹੋ ਸਾਂ, ਹੁਣ ਤੇਰਾ ਅਤੇ ਮੇਰਾ ਮੈਨੂੰ ਵਿਛੋੜਾ ਨਹੀਂ ਸਹਿ ਹੋਣਾ ਤੇਰਾ। ਉਹਦਾ ਨਾਂ ਹੈ ਬਹਲੋਲ, ਬਗਦਾਦ ਦੀ ਧਰਤੀ 'ਤੇ ਰਹਿੰਦਾ। ਹੁਣ ਕਹਿੰਦਾ ਵੀ ਮੈਂ ਕਿੱਦਾਂ ਤੁਹਾਡੇ ਤੋਂ ਬਿਨਾਂ ਰਹਿ ਸਕਦਾ, ਇੱਕ ਘੜੀ ਨਾ ਮਿਲਦੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਅ ਤੁਧ ਭਗਵੰਤਾ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ, ਸੱਜਣਾ ਇੱਕ ਕੰਮ ਕਰ। ਕੀ ਕੰਮ ਕਰਨਾ? ਕੰਮ ਇਹ ਕਰਨਾ ਵੀ ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜਿਆ ਕਰ, ਜਪਜੀ ਵਿੱਚੋਂ ਮੇਰੇ ਦਰਸ਼ਨ ਹੋਣਗੇ, ਜਪਜੀ ਪੜਿਆ ਕਰ। ਇੱਕ ਬੇਨਤੀ ਕਰਾਂ, ਆਪਾਂ ਗੁਰੂ ਦੀ ਬਾਣੀ ਨੂੰ ਪੜ੍ਹ ਲਈਏ ਤੇ ਮਹਾਂਪੁਰਖਾਂ ਦੇ ਦਰਸ਼ਨ ਹੋ ਜਾਣੇ ਆ, ਗੁਰੂ ਪਾਤਸ਼ਾਹ ਦੇ ਦਰਸ਼ਨ ਹੋ ਜਾਣੇ। ਸਤਿਗੁਰੂ ਸੱਚੇ ਪਾਤਸ਼ਾਹ ਨੇ ਕਿਤੇ ਨਹੀਂ ਇਹ ਗੱਲ ਕਹੀ ਵੀ ਮੇਰੀ ਤਸਵੀਰ ਰੱਖੋ ਜੀ, ਉਹਦੀ ਪੂਜਾ ਕਰੋ। ਸਤਿਗੁਰੂ ਦੀ ਪੂਜਾ ਕੀ ਹੈ? ਸਤਿਗੁਰੂ ਦੀ ਪੂਜਾ ਇਹ ਆ ਕਿ ਗੁਰੂ ਦੇ ਹੁਕਮ ਉੱਤੇ ਪਹਿਰਾ ਦੇਣਾ। 7 ਸਾਲ ਲੱਗੇ ਜੀ, 7 ਸਾਲ ਦੀ ਕਰੜੀ ਮਿਹਨਤ ਸੀ। ਤੇ ਗੁਰੂ ਦਾ ਹੁਕਮ ਕੀ ਸੀ? ਗੁਰੂ ਦਾ ਹੁਕਮ ਇਹ ਸੀ ਕਿ ਮੁਰਦਾ ਖਾਣਾ, ਗੁਰੂ ਦਾ ਹੁਕਮ ਇਹ ਆ ਕਿ ਠੰਡੇ ਕੱਪੜੇ ਧੋਣੇ ਆ, ਗੁਰੂ ਦਾ ਹੁਕਮ ਇਹ ਆ ਕੰਧ ਉਸਾਰਨੀ, ਗੁਰੂ ਦੇ ਹੁਕਮ ਅੱਗੇ ਕਿੰਤੂ ਪਰੰਤੂ ਨਹੀਂ, 7 ਕਰਕੇ ਮੰਨਣਾ। ਤੇ ਜੇ 7 ਕਰਕੇ ਮੰਨ ਲਿਆ ਤੇ ਅਵਸਥਾ ਕੀ ਬਣੀ? ਗੁਰ ਅੰਗਦ ਗੁਰ ਅੰਗ ਤੇ ਅੰਮ੍ਰਿਤ ਬ੍ਰਿਖ ਅੰਮ੍ਰਿਤ ਫਲ ਫਲਿਆ। ਆਪਾਂ ਇੱਥੋਂ ਤੱਕ ਪਹੁੰਚਣਾ ਜੇ ਗੁਰਪੁਰਬ ਮਨਾਉਣਾ, ਗੁਰਪੁਰਬ ਮਨਾਉਣਾ ਇੱਥੋਂ ਤੱਕ ਸਫਲ ਹੈ ਤੇ ਆਪਾਂ ਇੱਥੋਂ ਤੱਕ ਪਹੁੰਚਦੇ ਪਏ ਹਾਂ। ਗੁਰਬਾਣੀ ਤਿੰਨਾਂ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨ ਦੇ। ਗੱਲ ਇੰਨੀ ਕੁ ਵੀ ਆਪਾਂ ਬਾਬੇ ਨਾਨਕ ਵਰਗੇ ਬਣ ਜਾਈਏ। ਮੈਂ ਬੇਨਤੀ ਕਰ ਰਿਹਾ ਸੀ, ਪਹਿਲਾ ਸੱਚ ਹਲਾਲ ਦੋਏ, ਤੇ ਗੁਰੂ ਨਾਨਕ ਦੇ ਪਾਤਸ਼ਾਹ ਨੇ ਕੀ ਕਿਹਾ? ਕਿਰਤ ਕਰਨੀ ਕਿਹੜੀ? ਘਾਲ ਖਾਏ ਕਿਛ ਹੱਥੋਂ ਦੇ, ਨਾਨਕ ਰਾਹ ਪਛਾਣਿਆ ਸੀ। ਆਪਣੇ ਹੱਥੀਂ ਕਿਰਤ ਕਮਾਈ ਕਰਨੀ ਤੇ ਦੂਸਰਾ ਕਿਛ ਹੱਥੋਂ ਦੇ, ਲੋੜਵੰਦਾਂ ਨੂੰ ਸਹਾਇਤਾ ਕਰਨੀ। ਮੈਂ ਬੇਨਤੀ ਕਰਨ ਲੱਗਾ ਸੀ, ਪਹਿਲਾਂ ਨਾ ਬਚਪਨ ਦੇ ਵਿੱਚ ਇੱਕ ਤਸਵੀਰ ਦੇਖੀ ਜਿਹੜੀ ਬਾਬੇ ਨਾਨਕ ਨੇ ਹਲਵਾਇਆ, ਅੱਜ ਮੌਜੂਦ, ਅੱਜ ਉਹ ਖਤਮ ਹੋ ਗਈ, ਅੱਜ ਕੁਛ ਹੋਰ ਹੀ ਰੂਪ ਆ ਗਿਆ, ਹਲਵਾਇਆ ਤੇ ਉਹਦੇ ਤੋਂ ਇੱਕ ਸਿੱਖਿਆ ਵੀ ਮਿਲਦੀ ਸੀ।
ਉਹ ਸਿੱਖਿਆ ਕੀ ਮਿਲਦੀ ਸੀ ਵੀ ਸਿੱਖਾਂ ਤੂੰ ਕਿਰਤ ਕਰਨੀ ਆ। ਤੇ ਭਾਈ ਗੁਰਦਾਸ ਜੀ ਕਹਿੰਦੇ ਵਿਣ ਸੇਵਾ ਤ੍ਰਿਗ ਹੱਥ ਪੈਰ ਹੋਰ ਨਿਫੜ ਕਰਨੀ। ਤੇ ਜਿਹੜਾ ਕਿਰਤੀ ਆ ਚੇਤਾ ਰੱਖਿਓ, ਉਹ ਘਰ ਦੇ ਵਿੱਚ ਲੱਕੜਾਂ ਘੜਦਾ ਸੀ, ਲੱਕੜਾਂ। ਤੇ ਦੋ ਘਰ ਨੇ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਜਾਂਦੇ ਨੇ, ਦੋ ਘਰ। ਆਪਣੇ ਘਰ ਦੀ ਤਸਵੀਰ ਰੱਖਿਓ ਸਾਹਮਣੇ, ਇੱਕ ਪਾਸੇ ਬੜਾ ਉੱਚਾ ਘਰ ਏ, ਵੱਡੇ ਵੱਡੇ ਧਨਾੜ ਉੱਧਰ ਆ ਰਿਹਾ, ਪਰ ਦੀਨ ਦੁਨੀ ਦਾ ਮਾਲਕ ਨਹੀਂ ਉੱਧਰ ਜਾ ਰਿਹਾ। ਦੀਨ ਦੁਨੀ ਦਾ ਮਾਲਕ ਭਾਈ ਲਾਲੋ ਦੇ ਘਰ ਜਾ ਰਿਹਾ। ਗੁਰੂ ਨਾਨਕ ਦੇ ਪਾਤਸ਼ਾਹ ਉੱਧਰ ਨਹੀਂ ਗਏ। ਅੱਜ ਵੀ ਆਪਾਂ ਦੇਖੀਏ, ਅੱਜ ਵੀ ਆਪਾਂ ਦੁਨਿਆਵੀ ਸ਼ੋਹਰਤ ਪਿੱਛੇ ਧਰਮ ਨੂੰ ਗਵਾ ਦਿੰਦੇ ਹਾਂ। ਗੁਰੂ ਨਾਨਕ ਦੇ ਪਾਤਸ਼ਾਹ ਨੇ ਨਹੀਂ ਦੇਖਿਆ ਵੀ ਇਹਦਾ ਉੱਚਾ ਘਰ ਏ, ਉੱਚਾ ਮਕਾਨ ਏ, ਵੱਡੇ ਵੱਡੇ ਧਨਾੜ, ਵੱਡੇ ਵੱਡੇ ਆਗੂ ਇੱਧਰ ਆ ਰਹੇ ਨੇ। ਗੁਰੂ ਨਾਨਕ ਦੇ ਪਾਤਸ਼ਾਹ ਭਾਈ ਲਾਲੋ ਦੇ ਘਰ ਜਾਂਦੇ ਆ। ਲਾਲੋ ਕੀ ਘੜਦਾ, ਕਿੱਲੇ ਘੜਦਾ, ਕਿੱਲੇ ਹੀ ਘੜਦਾ ਰਹੇਗਾ ਕਿ ਮਨ ਵੀ ਘੜੇਗਾ? ਲਾਲੋ ਨੇ ਮਨ ਘੜਿਆ, ਇੱਦਾਂ ਦਾ ਮਨ ਘੜਿਆ ਭਾਈ ਲਾਲੋ ਨੇ, ਭਾਈ ਲਾਲੋ ਦਾ 7 ਵਾਰ ਨਾਂ ਗੁਰੂ ਗ੍ਰੰਥ ਸਾਹਿਬ 'ਚ ਆ ਗਿਆ, 7 ਵਾਰ ਨਾਂ। ਇਹ ਆ ਜਿਹੜਾ ਕਮਾਈ ਕਰਦਾ ਪਿਆ ਹੈ ਤੇ ਉਹ ਭਾਈ ਲਾਲੋ ਗੁਰੂ ਦਾ ਲਾਲ ਬਣ ਗਿਆ ਤੇ 7 ਵਾਰ ਨਾ ਆ ਗਿਆ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸਰਾ ਕਰੀ ਗਿਆਨ ਵੇ ਲਾਲੋ, 7 ਵਾਰ ਨਾ ਆ ਗਿਆ। ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਕਿਰਤ ਕਰੀ, ਤੇ 35 ਦੇ 35 ਮਹਾਂਪੁਰਖ ਕਿਰਤੀ ਸੀ ਚੇਤਾ ਰੱਖਿਓ ਸਾਧ ਸੰਗਤ, ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ 'ਚ ਦਰਜ ਹੈ, ਸਾਰੇ ਕਿਰਤੀ। ਕੋਈ ਹਲਵਾ ਰਿਹਾ, ਕੋਈ ਕੱਪੜਾ ਬੁਣ ਰਿਹਾ, ਕੋਈ ਚਮੜੇ ਦਾ ਕੰਮ ਕਰ ਰਿਹਾ, ਕੋਈ ਕਸਾਈ ਦਾ ਕੰਮ ਕਰਦਾ, ਬਾਬੇ ਨੂੰ ਕਿਰਤ ਕਿੰਨੀ ਪਿਆ ਤੇ ਕਿਰਤੀਆਂ ਨੂੰ ਇੰਨਾ ਮਾਣ ਦਿੱਤਾ। ਮੁਸਲਮਾਨ ਨੂੰ ਉਪਦੇਸ਼ ਕਰ ਰਹੇ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਮੇਰੀ ਨਹੀਂ ਕਰਨੀ, ਮੇਰੀ ਮੇਰੀ ਨਹੀਂ ਮਹਿਮਾ ਗਾਣੀ। ਇੱਕ ਹੋਰ ਤੁਸੀਂ ਦੇਖੀ ਹੋਵੇਗੀ, ਇੱਕ ਮੈਂ ਸਿੱਖਿਆ ਦੀ ਤੁਰ ਰਿਹਾ, ਵੈਸੇ ਤਾਂ ਉਪਦੇਸ਼ ਮੁਸਲਮਾਨ ਨੂੰ, ਮੈਂ ਸਾਰਿਆਂ ਦਾ ਜ਼ਿਕਰ ਕਰਨਾ ਚਾਹੁੰਦਾ। ਅੱਜ ਜੇ ਕੋਈ ਚਿੱਤਰਕਾਰ ਬਣਾਉਂਦਾ ਤੇ ਚਿੱਤਰ ਬਣਾ ਕੇ ਥੱਲੇ ਆਪਣਾ ਨਾਮ ਲਿਖ ਲੈਂਦਾ ਹੈ, ਲਿਖਦਾ ਹੈ ਨਾ ਜੀ। ਜੇ ਕੋਈ ਕਿਸੇ ਤਰ੍ਹਾਂ ਦੀ ਰਚਨਾ ਲਿਖਦਾ ਉਹਦੇ ਥੱਲੇ ਵੀ ਆਪਣਾ ਨਾਮ ਲਿਖਦਾ, ਜੇ ਕੋਈ ਹੋਰ ਕਾਰਜ ਕਰਦਾ ਉਹਦੇ ਥੱਲੇ ਵੀ ਆਪਣਾ ਨਾਮ ਲਿਖਦਾ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ, ਜਿਹੜੇ ਰੱਬ ਦਾ ਰੂਪ ਆ, ਆ ਸਿੱਖਿਆ ਲਿਓ, ਰੱਬ ਦਾ ਰੂਪ ਆ। ਉਹਨਾਂ ਨੇ ਬਾਣੀ ਰਚੀ 19 ਰਾਗਾਂ ਦੇ ਵਿੱਚ, 974 ਸ਼ਬਦ ਆ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦੇ। ਤੇ ਜਦੋਂ ਬਾਣੀ ਲਿਖਦੇ ਨੇ ਤੇ ਕੀ ਕਹਿੰਦੇ ਨੇ, ਮੈਂ ਨਹੀਂ ਲਿਖ ਰਿਹਾ, ਹਉ ਆਪੋ ਬੋਲ ਨਾ ਜਾਣਦਾ, ਮੈਂ ਕਹਿਆ ਸਭ ਹੁਕਮਾਓ ਜੀਓ। ਮੈਂ ਨਹੀਂ ਲਿਖ ਰਿਹਾ, ਇਹ ਮੈਂ ਨਹੀਂ ਉਚਾਰਨ ਕਰਦਾ ਪਿਆ, ਇਹ ਤਾਂ ਵਾਹਿਗੁਰੂ ਵੱਲੋਂ ਜੈਸੀ ਮੈਂ ਆਵੇ ਜਾਂ ਧੁਰ ਕੀ ਬਾਣੀ ਆਈ, ਇਹ ਤਾਂ ਰੱਬ ਦੀ ਬਾਣੀ, ਨਿਰੰਕਾਰ ਦੀ ਬਾਣੀ ਹੈ, ਅੱਲਾ ਦੀ ਬਾਣੀ ਹੈ। ਤੇ ਜਿੱਦਾਂ ਦੀ ਮੈਨੂੰ ਨਾਜ਼ਲ ਹੋ ਰਹੀ ਮੈਂ ਉਦਾਂ ਦੀ ਤੁਹਾਨੂੰ ਦੱਸ ਰਿਹਾ। ਤੇ ਗੁਰਬਾਣੀ ਪੜ੍ਹ ਕੇ ਦੇਖੋ, ਗੁਰੂ ਨਾਨਕ ਦੇ ਪਾਤਸ਼ਾਹ ਆਪਣੇ ਆਪ ਨੂੰ ਨਾਨਕ ਨੀਚ ਕਹਿ ਵਿਚਾਰ, ਸਾਡੀ ਕਿੱਥੇ ਅਵਸਥਾ ਬਣੂਗੀ, ਕਿੱਥੇ ਆਪਾਂ ਗੁਰੂ ਨਾਨਕ ਦੇ ਪਾਤਸ਼ਾਹ ਵਰਗੇ ਬਣਾਂਗੇ, ਸਾਡੀ ਸੁਰਤ ਕਿੱਥੇ ਇੱਦਾਂ ਦੀ ਹੋਵੇਗੀ। ਗੁਰੂ ਨਾਨਕ ਦੇ ਪਾਤਸ਼ਾਹ ਆਪਣੇ ਆਪ ਨੂੰ ਹਾਂ ਢਾਡੀ ਵੇ ਕਾਰ ਕਾਰਾ ਲਾਇਆ, ਆਪਣੇ ਆਪ ਨੂੰ ਕੀ ਕਿਹਾ, ਤੇਰੇ ਲਾਲੇ ਕਿਆ ਚਤੁਰਾਈ। ਲਾਲਾ ਮਤਲਬ ਗੁਲਾਮ, ਕਿਹਦਾ ਗੁਲਾਮ, ਪਰਮਾਤਮਾ ਦਾ ਗੁਲਾਮ। ਅਗਲੀ ਗੱਲ, ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਖੈਰ ਮੇਰੀ ਨਹੀਂ ਕਰਨੀ, ਖੈਰ ਕੇਵਲ ਪਰਮਾਤਮਾ ਦੀ ਕਰਨੀ। ਤਿੰਨ ਗੱਲਾਂ ਸਾਂਝੀਆਂ ਕੀਤੀਆਂ ਆਪਾਂ, ਪਹਿਲਾ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਨਾਏ। ਕਰਨੀ ਕਲਮਾ ਆਖ ਕਹਿ ਤਾਂ ਮੁਸਲਮਾਨ ਸਦਾਏ। ਹੁਣ ਨੀਅਤ ਸਾਫ਼ ਰੱਖਣੀ, ਜੇ ਨੀਅਤ ਹੀ ਸਾਫ਼ ਬਣੀ, ਆਪਾਂ ਆਉਣੇ ਆ ਗੁਰੂ ਘਰ ਦੇ ਵਿੱਚ। ਇੱਕ ਬੇਨਤੀ ਕਰਾਂ, ਗੁਰੂ ਨਾਨਕ ਦੇ ਪਾਤਸ਼ਾਹ ਦਾ ਆਪਾਂ ਇਤਿਹਾਸ ਵਿੱਚੋਂ ਵਿੱਚੋਂ ਲੈਣਾ, ਗੁਰੂ ਨਾਨਕ ਦੇ ਪਾਤਸ਼ਾਹ ਦੀ ਮੈਂ ਕੋਸ਼ਿਸ਼ ਕਰਾਂਗਾ ਬਾਣੀ ਦੇ ਵਿੱਚ ਆਪਾਂ ਵਿੱਚੋਂ ਵਿੱਚੋਂ ਦਰਸ਼ਨ ਕਰੀਏ। ਜੇ ਗੁਰੂ ਘਰ 'ਚ ਆਉਂਦੇ ਆ ਕੇ ਮੱਥਾ ਵੀ ਟੇਕਿਆ, ਤਾਂ ਮੇਰੀ ਇੱਕ ਬੇਨਤੀ ਹੈ ਸਾਧ ਸੰਗਤ, ਜੇ ਆਪਾਂ ਸੱਚੀ ਗੁਰੂ ਦੇ ਸਿੱਖ ਬਣਨਾ ਚਾਹੁੰਦੇ ਹਾਂ ਤਾਂ ਨੀਅਤ ਸਾਫ਼ ਰੱਖਿਓ, ਨੀਅਤ ਸਾਫ਼ ਰੱਖਿਓ। ਗੁਰੂ ਪਾਤਸ਼ਾਹ ਨੇ ਆਪਣੇ ਪ੍ਰਚਾਰਕ ਦੌਰਿਆਂ ਦੇ ਵਿੱਚ ਵੀ ਇਹੀ ਉਪਦੇਸ਼ ਦਿੱਤਾ, ਨਹੀਂ ਤਾਂ ਆਸਾ ਦੀ ਵਾਰ ਦਾ ਇੱਕ ਬਚਨ ਆ।
वैसे आसा दी वार ना रोज पढ़िया करो, एक बेनती करांगा अज भी पढ़नी चाहीदी सी, जिन्हां सिखां ने पढ़ी या सुनी मुबारक। आसा दी वार ने, आसा की वार दे विच तकरीबन बंदे दी एक जीवन जाच है, एक घड़ ते आसा की वार गुरु नानक दे पातशाह दी चरण कीती। आसा की वार एक जीवन घड़ ते एक जीवन जाच है। जे कित आसा की वार के अर्थ पढ़े जाने, मैं तो एक बेनती करता हूं जिते साढ़े घर सुखमनी साहब के पाठ शुरू हो गए ना, उत्थे नाल कितने आसा की वार भी कर लवो या अर्थ करो तो पता लग जाएगा जीवन जाच की आ। जिहड़ी पहली उदासी गुरु नानक देव पातशाह ने शुरू की, तो पहला किनू मिले सी? पहली उदासी का जरा पहला जिक्र आता दुनी चंद नूं मिले सी। दुनी चंद अपने पितरां दे लई श्राद्ध भी करता सी, ते उन्हें घर के बाहर छत के उत्ते सत झंडे भी लाए सी। मतलब ये आ 7 लाख का मालक सी उस समय च, ते उन्हें यह भी हो गया सी कि यह रुपया मैं लैके जाना है। तो गुरु नानक देव पातशाह ने उन्होंने समझाने के लिए एक सूई दिती सी, ते क्या सी मैनू परलोक दे विच दई माया का पड़ता सी, कहिंदा सी कोई नहीं आपां दे देंगे। घर वाली समझाउंदी है भी ये कित्थे लै जाएगा नाल, सूई क्यों दिती? चेता रखियो सूई जो चुभदी है तो बंदा तड़फदा है, एक ये भी इहदे विचों सिक्ख्या मिलती है। सूई दिती ते बाद जो गुरु नानक देव पातशाह ने उन्हों समझाया ना, तो कहिंदे वाकई माया नाल नहीं जानी, मैं तो अज तक जिहड़ा जां पूर्वजां दे लई श्राद्ध करदा रहा, यह भी बड़ा गलत काम। हुण आसा दी वार च समझाया, जे मुहाका घर मोए, घर मोए पितरी दे, अगे वस्त सियाणी है पितरी चोर करे, वटिए हाथ दलाल के मुसपी ए करे, नानक अगे सो मिले जे खट्टे काले दे। अगे तो मिलना जिहड़े तू मेहनत की, तो जे आखेगा भी मैं इस तरीके नाल गति होवेगी, नहीं मैं जिहड़ी बेनती कर रहा सी गुरु प्यार वाले बई नीयत साफ। आसा दी वार दा बचन आ, सीस नवाया क्या थीए जा हृदय कसुदे जाहे। सीस चुकाउण दा की फायदा जे हिरदा ही साफ नहीं होया? गुरु नानक देव पातशाह महाराज अगे इदां दे बड़े आए जे हिरदा साफ ही नहीं सी। एक होर बचन पढ़ते हाँ, सच्चे पातशाह गुरबाणी दे विच कहिंदे ने, गुरु द्वारा होए सोझी पाए सी, एत द्वारा धोए अच्छा होए सी धोता नहीं होना। पहला मैं इतिहास का पक्खा साझा करते हैं, फिर आप सिक्ख्या वाले पासे तुरीए। गुरु नानक देव पातशाह पहली यात्रा ते जांदे आ, एक जिन्हें बड़े सोहने वस्त्र पाए ने, तो अपने चौंके दे विच बैठा है। गुरु नानक देव पातशाह ने भाई मरदाने नूं भेजा, जाए इहदे कोलों चवाती लैके अग लैके आ। इतिहास सानूं साझा चेता है, मैं सिक्ख्या ते तुरना। गुरु नानक देव भाई मरदाना उहदे कोल जांदा, हुण भाई मरदाना अखौती लोग कहिंदे ने जिहड़ा भी नीच जात विच्चों है, ते जदों भाई मरदाना अग लैण गया उहने ते कहा मेरा चौंका भेटता, ते जदों वापस आया वह गुस्से दे विच पिछे पिछे आ रहा है, वह गुस्से दे विच आ रहा है, उहदे अंदर अग बलदी पई आ, पर दूजे पासे अमृत का झरना है, ज्ञान का झरना, वरखा का झरना कह लो। तो जिदा ही वैष्णो साध आ, गुरु नानक देव पातशाह जवाब देंदे, कहिंदा भी मेरे ये चौंके च आ गया, मेरा चौंका पिटिया गया। तो गुरु नानक देव पातशाह ने उत्थे वरखा की, कि वरखा की? अमृत की। ते की बरसाया? कबुद्ध डूमणी, कुदया कुसायण, पर निंदा घट चूड़ी, मुठ्ठी क्रोध चंडाल, कारी कट्टी क्या थीए जा चारे बैठिया नाल। जे तू बाहरों ही केवल ते केवल वखावा कर लिया कि मैं धर्म हाँ ते माड़ी माता ते ये तेरी डूमणी है। कुदया कुसायण, पर निंदा घट चूड़ी, मुठ्ठी क्रोध चंडाल, कारी कड्डी क्या थीए जा चारे बैठिया नाल। ये कारा कड्डन का की फायदा होया जे अंदर ही साफ नहीं, जे अंदर ही तेरे प्यार नहीं जागया। बस गल इन्नी कु भी गुरु नानक देव पातशाह कहिंदे आ कि सजना नीयत साफ करे, पहले नंबर ते नीयत साफ होवे। ते सिफत किंदी करनी? सिफत केवल ते केवल परमात्मा दी, वाहिगुरु ने यह मुसलमान नूं उपदेश दिता। अगली गल जोगियां दी, सर्वसांझा उपदेश। अज जिथे आपां बैठे हाँ, गोरख मते तो नानक मता बनिया। गल की नानक निर्मल पंथ चलाया,
गुरु नानक देव पातशाह महाराज ने तो सच्चे पातशाह ने उन्होंने की समझाया। हुण जपजी साहिब भी आप पढ़ते हैं कहिंदे मुंदरा पाउंदा कहिंदा जी हाँ जी तो सच्चे पातशाह कहिंदे मैं दसदा किहड़ियां मुंदरा पाणियां ओह पा ओह किहड़ियां मुंदरा पाईयां मुंदा संतोख संतोख तेरे अंदर आ जावे श्रम पत झोली जिहड़ी तू झोली करदा ना ये झोली ना करनी पवे तू मेहनत कर मेहनत कर अपने हथी मुंदा संतोख श्रम पत झोली ज्ञान की करें विभूत ध्यान की करें विभूत ध्यान टका कितने रखना है आ शरीर उत्ते दूजी सवाह मरन का कोई फायदा नहीं है शरीर उत्ते ध्यान ध्यान वाहगुरु वाल जोड़ मुंदा संतोख श्रम पत झोली ध्यान की करें विभूत खिंथा काल कुआरी काया जुगत मतलब तेरा शरीर वकारा तो रहत होवे कुआरा होवे ए मार्ग गुरु नानक दे पातशाह ने इत्थे दस्या इत्थे ए वचन उच्चारण कीता जोग ना खिंथा जोग ना डंडा जोग ना भस्म चढ़ाइया जोग ना मुंदी मूंद मुटाया जोग ना सिंगी वाया अंजन माए निरंजन रही है जोग जुगत एव पाई है गली जोग ना होई एक दृष्ट कर समसर जाना जोगी कही है सिर जे काजी आ गया काजी ने भी क्या काजी सो जो उल्टी करे गुर प्रसादी जीवत मरे उल्टी मतलब तू वकारा तो पासे होके उल्टा होके चल धर्म दे रस्ते ते चल गुरु नानक दे पातशाह ने सर्व सांझा उपदेश दिता तो जो साड़ी वारी आई तो सानू भी बख्शिया थोड़ा सच्चे पातशाह ने सानू भी क्या चेता रखियो बोले साच मिथ्या नहीं राई राई मात्र भी झूठ नहीं बोलना सिख की जिंदगी दे विच बोले साच मिथ्या नहीं राई चाले गुरमुख हुक्म रजाई रहे अतीत सच्चे शरणाई अतीत निर्लेप रहना यह मार्ग गुरु नानक दे पातशाह ने दसिया मैं बेनती करता हूं ना सिखो गुरु नानक दे पातशाह महाराज के जपजी साहब दे विच ना मोटे तौर पर देखो तो अठ के नौ सवाल ने अठ के नौ सवाल कितने एक एक सवाल की व्याख्या कर लो तो जिंदगी जबड़ हो जाएगी एक एक सवाल की आप शब्द पढ़ते हैं मोह के बोलन बोलिए जित सुन करे प्यार ये भी सवाल है फिर के अगे रखी है जित दिसे दरबार ये भी सवाल है कवन सोवेला कवन थित कवन वार कवन से रुती माह कवन जित हुआ आकार ये भी सवाल है तो इन सवालों भी जो आप विचार कर लिए तो शायद साड़ी जिंदगी सफल हो जाए मैं कोशिश करा कि दो सवालों की व्याख्या आप जी साझी करने की कोशिश करा तो गुरु नानक देव पातशाह महाराज का जीवन सिक्ख्या पहला सवाल यह आ मोह के बोलन बोलीए जित सुन करे प्यार अपने मूँह तो किड़े वचन बोलो जिन्हों सुन के सारी दुनिया सानू प्यार करे मिर्जा गुलाम अहमद कादिया कहिंदा बाबे नानक ने 48,000 किलोमीटर सफर पैदल तय किया ते 3 करोड़ सिख बनाए 3 करोड़ भाई गुरदास जी इस तो वध के भाई गुरदास जी कहिंदे जित्ती 9 खंड मेदनी सत नाम का चक्कर फराया भाई सारी सृष्टि जित ली तो जेडे पहला राजे होंदे सी ओह किद्दां जितदे सी ओह जितदे सी तलवार दे जोर नाल पैसे दे नाल लालच दे नाल साम दान दंड भेद गुरु नानक दे पातशाह कोल केड़ा हथियार सी जपजी साहिब च पढ़दे आं इक्को हथियार सी मन जीते जग जीत गुरु नानक दे पातशाह ने मन जितया मैं एक बेनती करता हुंना वे मोह के बोलन बोलीए हुण आसा दी वार दा एक वचन लो एक पंछी दो तरह दे रंग कां दा भी काला रंग कोयल दा भी काला रंग कां दा भी काला है रंग कोयल दा भी काला पर दुनिया चेता रखियो कां नूं प्यार नहीं ज्यादा करती ज्यादा कोयल नूं प्यार करती क्योंकि कोयल जदों अंब दे दरख्त ते बैठी बोलती बड़ी सोहनी लगती गुरु अर्जन देव पातशाह कहिंदे कोकल अंब सुहावी बोले सुहावी मतलब सोहनी बड़ी सोहनी लगती हुण आसा दी वार दा इक वचन मैं जिक्र करा गुरु नानक देव पातशाह कहिंदे नानक फिक्का बोले तन मन फिक्का ਹੋਏ ਹੈ ਨਹੀਂ ਜੀਵਨ ਘਾਟ
है नहीं नैतिक सिक्ख्या आसा की वाह इनू अपने परिवार च ही लागू कर लिए तो अगे आपे गल चल पैनी संसार किदां जित लिया अज बेनती करा अज साडी बोलबाणी च बड़ा फर्क पै गया अज सिख सिख नूं नहीं प्यार नाल बुलाउंदा जी ते दूसरे नूं तां कित्थे प्यार नाल बुलाउणा गुरु नानक दे पातशाह दा हथियार ही इह सी दुनिया नूं जित्तण दा अज देखो जिहड़ा कुछ साडी बोलबाणी जिन्ना कुछ सोशल मीडिया दे उत्ते साडा आ गया मिठत नहीं भी नानका गुण च गईआं तत नूं भुल गए हुण बाबे नानक दा दो हथियार दो साखियां मैं लाणीआं मोह के बोलन बोलीए जित सुन धरे प्यार पहले नंबर ते नानक फिक्का बोलिया तन मन फिक्का होए फिको फिक्का सदी है फिके फिकी सोए फिक्का दरगा सटी है मो थिक थुक मोह फिके मो थुक्का फिके पाए ते जे आपां किसे नूं कौड़े बचन बोलांगे कोई जवाब ही उदां दा मिलेगा सुभावक ही तीजी उदासी इस्लामिक देशों के वाल जदों ते भाई गुरदास जी ने जिक्र किया इतिहास का वैसे आप इतिहास सुना दिने पर सिक्ख्या वाल ज़्यादा तुरिया करो फिर बाबा मक्के गया नील बस्तर धारे बनवारी आसा हथ किताब कश कूजा बाग मसला धारी बैठा जाए मसीत विच जिथे हाजी हज गुजारी जा बाबा सुत्ता रात नूं वल मेहराबे पाए पसारी लत्तां करतीआं मक्के वल हुण आ ध्यान नाल सुणिओ दीन दुनी दा पातशाह अज रात नूं सौं गया ते उहदे सौण दे विच वी सिख्या वैसे चेता रखिओ सतगुरु सौंदे नहीं सतगुरु जागता है दिओ गुरु एक सिख्या देण लगा है काजी आया है जीवन उहदा ना है उहदे मन च गुस्सा इन्ना गुस्सा बई लत्तां खुदा दे घर वल कीतीआं ते उहने गुस्से च लत्त मारी है अगो बाबे नानक दे बचन देखो अपने आप नूं सोचो भी जे असीं इदां होईए ते साडे नाल इदां बतीत होवे आपां अगों जवाब की देवांगे ते उह जवाब की दित्ता है जीवन मारी लत्त दी किहड़ा सुत्ता कुफर कुफारी उह कौण सुत्ता पिआ है ते गुरु नानक दे पातशाह कहिंदे हां जी भाई साहब दसो शब्द वेखो भाई साहब दसो उह लत्तां वल खुदाए दे लत्तां खुदा दे घर वल कीतीआं क्यों कर पाया होए पजगारी ते सच्चे पातशाह कहिंदे भाई जिधर खुदा दा घर नहीं उधर कर दिओ ते कीता की टंगो पकड़ घसीटिया फिरिया मक्का कला दिखारी उहने लत्तां तो फड़ के घुमाउण दी कोशिश कीती आ भाई गुरदास जी कहिंदे मक्का घुम गया गल की गुरु नानक दे पातशाह ने उहदा मन रूपी मक्का भी घुमा दिता घुमाया किता एक बचन नाल सिखा जदों गुरु की सिक्ख्या मुताबक बचन बोलेगा तो सारे तैनू प्यार करनगे भाई गुरदास जी दीआं दो उदाहरण दे दें कहिंदे कमान दे विचों निकलिया होया तीर वापस नहीं आउंदा पिंजरे दे विच शेर काबू च आ ते जे पिंजरे दे विचों शेर निकल गया काबू करना औखा ते तीसरी कहिंदे दीवा जिन्ना चिर जगदा पिया है दीवा काबू च आ अचानक घर नूं अग लग जावे ते ओह अग नूं काबू करना औखा सजना चेता रखी की चेता रखी जिन्ना चिर तेरी जुबान दे अंदर बचन ने इहनां नूं गुरु दी मत मुताबक बोली ते तेरे घर च सुख रहेगा जे गुरु दी मत मुताबक नहीं बोलेगा ते जिवें कमान चों निकलिया तीर काबू करना औखा पिंजरे चो निकलिया शेर काबू करना औखा अग लग गई भांबड़ मच गया उहनू काबू करना औखा इस तरह ही तबाही मच जाती है फिर काबू करना औखा हो जाता है। यह गुरु नानक दे पातशाह ने सिक्ख्या दित्ती मोह के बोलन बोली है पहला सवाल यह बोल किदां दे बोलने आ वह भी गुरु नानक दे पातशाह गुरबाणी च कहिंदे अमृत फल तिस जन को लागे जो बोले अमृत बातां है जिहड़ा अमृत वर्गियां गल्लां करदा अमृत फल उहनूं लगदा है। दूसरी गल फेर के अगे रखी है जित दिसै दरबार किहड़ी भेटा रखी है किहड़ी चीज़ रखी है जे गुरु नानक दे पातशाह दा प्यार पाउणा जी अज प्रकाश पुरबे हजारां संगतां आदियां गुरद्वारियां च हजारा भेटावां रख दियां ने
कि सच्ची सानू पता है भी अज तक आपां कीड़ी भेटा रखनी है वाकई जिहड़ा गुरु नाल साडा प्यार पै जावे। 549 साल हो गए, अगले साल 550 शताब्दी साडी कौम ने मनाउणी आ 550। ਕੀ ਅੱਜ ਤੱਕ ਸਾਨੂੰ ਇਹ ਪਤਾ ਲੱਗ ਗਿਆ ਕਿ ਅਸੀਂ ਬਾਬੇ ਅੱਗੇ ਕਿਹੜੀ ਭੇਟਾ ਰੱਖਣੀ ਆ? ਦੁਨਿਆਵੀ ਤੌਰ 'ਤੇ ਤਾਂ ਆਪਾਂ ਕਿੰਨੀਆਂ ਭੇਟਾਂ ਰੱਖਦੇ ਹਾਂ, ਮੁਬਾਰਕ ਇਹ ਗੁਰਦੁਆਰਿਆਂ 'ਚ ਲੈ ਕੇ ਆਓ ਜੇ ਲੋੜ ਇਹ ਦੇਣੀ ਚਾਹੀਦੀ ਹੈ, ਸਾਰੀਆਂ ਸਾਰਾ ਕੁਛ ਹੈ, ਪਰ ਭੇਟਾ ਕਿਹੜੀ ਰੱਖਣੀ ਆ? ਇਹ ਗੁਰੂ ਨੂੰ ਵੀ ਪੁੱਛੋ ਪਹਿਲਾਂ ਭੇਟਾ ਰੱਖਣੀ ਕਿਹੜੀ ਹੈ, ਸਤਿਗੁਰੂ ਤੈਨੂੰ ਕਿਹੜੀ ਭੇਟਾ ਪ੍ਰਵਾਨ ਹੈ? ਸਤਿਗੁਰੂ ਤੇਰੇ ਦਰ 'ਤੇ ਆਈਏ ਤਾਂ ਕਿਹੜੀ ਭੇਟਾ ਲੈ ਕੇ ਆਈਏ? ਸਾਡਾ ਗੁਰਪੁਰਬ ਮਨਾਇਆ ਉਹ ਸਫਲ ਹੋ ਜਾਵੇ। ਅਤੇ ਆਨੰਦ ਸਾਹਿਬ ਦੀ ਪਾਵਨ ਬਾਣੀ 'ਚ ਜਵਾਬ ਹੈ, ਸਿੱਖੋ ਜੇ ਪੰਜ ਬਾਣੀਆਂ ਦਾ ਪਾਠ ਰੋਜ਼ ਕਰਦੇ ਆ ਉਹਦੇ 'ਚ ਜਵਾਬ ਹੈ ਕਿਹੜੀ ਭੇਟਾ ਰੱਖਣੀ ਆ? ਤਨ ਮਨ ਧਨ ਸਭ ਸੌਂਪ ਗੁਰੂ, ਆਹ ਭੇਟਾ ਰੱਖਣੀ ਹੈ ਗੁਰੂ ਅੱਗੇ। ਤਨ ਹੁਣ ਤਾਂ ਸਰੀਰ ਆ ਕੇ ਅੱਗੇ ਰੱਖ ਦਿੱਤਾ, ਆਪਾਂ ਮੱਥਾ ਟੇਕ ਲਿਆ, ਇੱਥੋਂ ਤੱਕ ਸੀਮਤ ਨਹੀਂ। ਸਤਿਗੁਰੂ ਜੇ ਮੇਰੀਆਂ ਅੱਖਾਂ ਹੈ ਤੇ ਤੇਰੀ ਸਿੱਖਿਆ ਮੁਤਾਬਕ ਚੱਲਣ। ਇੱਕ ਇੱਥੇ ਵੀ ਗੁਰੂ ਨਾਨਕ ਦੇ ਪਾਤਸ਼ਾਹ ਦਾ ਇਤਿਹਾਸ ਸਾਂਝਾ ਕਰਦੇ ਹਾਂ। ਚੇਤਾ ਰੱਖਿਓ ਪੰਜ ਖੰਡ ਆ ਜਪਜੀ ਸਾਹਿਬ 'ਚ। ਪਹਿਲਾ ਹੈ ਧਰਮ, ਦੂਜਾ ਹੈ ਗਿਆਨ, ਅਗਲਾ ਹੈ ਜੀ ਸ਼ਰਮ ਖੰਡ, ਅਤੇ ਅਗਲਾ ਹੈ ਕਰਮ, ਅਤੇ ਅਗਲਾ ਹੈ ਸੱਚ ਖੰਡ। ਸਿੱਖਾ ਸਾਨੂੰ ਇਹ ਨਹੀਂ ਹੈ ਵੀ ਮਰਨ ਤੋਂ ਬਾਅਦ ਸੱਚ ਖੰਡ, ਸਾਡਾ ਸੱਚ ਖੰਡ ਤਾਂ ਕਿਤੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਪੜਿਆ ਕਰ, 20 ਮਿੰਟਾਂ 'ਚ ਪਹੁੰਚੇਗਾ ਸੱਚ ਖੰਡ ਵਸੈ ਨਿਰੰਕਾਰ। ਤੂੰ ਤਾਂ ਰੋਜ਼ ਪਹੁੰਚਿਆ ਹੋਵੇਗਾ ਤੇ ਪਹੁੰਚਣਾ ਰੋਜ਼ ਇੱਥੋਂ ਤੱਕ। ਆਪਾਂ ਜੀ ਧਰਮੀ ਬਣ ਗਏ, ਮੈਂ ਥੋੜ੍ਹੀ ਜਿਹੀ ਵਿਆਖਿਆ ਕਰਦਿਆਂ, ਮੈਂ ਵੈਸੇ ਨਾਲ ਗੁਰੂ ਨਾਨਕ ਦੇ ਪਾਤਸ਼ਾਹ ਦਾ ਜੀਵਨ ਵੀ ਰੱਖਣਾ ਹੈ। ਧਰਮੀ ਆਪਾਂ ਬਣ ਗਏ ਕਦੋਂ ਬਣੇ? ਜਦੋਂ ਆਪਾਂ ਅੰਮ੍ਰਿਤ ਛੱਕ ਲਿਆ ਜਾਂ ਆਪਾਂ ਗੁਰਦੁਆਰੇ ਆਉਣਾ ਸ਼ੁਰੂ ਕਰ ਲਿਆ। ਗਿਆਨ ਵੀ ਆ ਗਿਆ ਸਾਨੂੰ ਥੋੜ੍ਹਾ ਜਿਹਾ ਜਦੋਂ ਆਪਾਂ ਕਿਤਾਬਾਂ ਪੜ੍ਹ ਲਈਆਂ, ਅਤੇ ਕਿਤਾਬਾਂ ਪੜ੍ਹ ਕੇ ਸਾਡੇ ਅੰਦਰ ਗਿਆਨ ਵੀ ਆ ਗਿਆ ਅਤੇ ਆਪਾਂ ਕਿੰਨੇ ਗਿਆਨਵਾਨ ਹੋ ਗਏ। ਵੈਸੇ ਮੱਟਣ ਦੇ ਵਿੱਚ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਗਏ ਨਾ, ਉੱਥੇ ਇੱਕ ਗਿਆਨਵਾਨ ਬੰਦਾ ਸੀ ਜਿਹਨੇ ਕਿਤਾਬਾਂ ਦੇ ਬੜੇ ਵੱਡੇ ਢੇਰ ਲਾਏ ਸੀ, ਅਤੇ ਉਹ ਪੰਡਿਤ ਕਹਿੰਦਾ ਸੀ ਵੀ ਮੇਰੇ ਵਰਗਾ ਗਿਆਨਵਾਨ ਕੋਈ ਨਹੀਂ, ਅਤੇ ਬਾਬੇ ਨਾਨਕ ਨੇ ਉਹਨੂੰ ਅਸਲ 'ਚ ਗਿਆਨ ਦੱਸਿਆ ਸੀ, ਪੜ ਪੜ ਗੱਡੀ ਲੱਦੀ ਹੈ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈ ਹੈ, ਪੜ ਪੜ ਗੱਡੀਆਂ ਖਾਤ, ਪੜ੍ਹੀ ਹੈ ਜੇਤੇ ਬਰਸ ਬਰਸ, ਪੜ੍ਹੀ ਹੈ ਜੇਤੇ ਮਾਸ। ਅਸਲ 'ਚ ਉਹਨੂੰ ਗਿਆਨ ਦੱਸਿਆ ਮਟਨ ਦਾਸ ਨੂੰ ਵੀ ਗਿਆਨ ਕਿਹੜਾ ਸਿੱਖਣਾ। ਧਰਮੀ ਬਣ ਗਏ, ਗਿਆਨ ਪ੍ਰਾਪਤ ਹੋ ਗਿਆ। ਅਗਲਾ ਜਿਹੜਾ ਖੰਡ ਹੈ ਨਾ ਜੀ, ਉਹ ਹੈ ਸ਼ਰਮ ਖੰਡ। ਇੱਥੇ ਆ ਕੇ ਬੰਦਾ ਤਿਲਕਦਾ ਜੀ, ਇਹਦੇ ਹੀ ਅਰਥ ਹੈ ਘਾੜਤ ਘੜਨੀ। ਸੱਚੀ ਗੱਲ, ਇੱਥੇ ਆ ਕੇ ਤਾਂ ਕਈ ਵਾਰੀ ਸਾਡੇ ਵਰਗੇ ਗਿਆਨੀ ਵੀ ਥਿੜਕ ਜਾਂਦੇ ਆ ਜੀ, ਜਦੋਂ ਰਾਈ ਮਾਤਰ ਵੀ ਗੁਰੂ ਦੀ ਸਿੱਖਿਆ ਉੱਤੇ ਨਹੀਂ ਤੁਰੇ ਤੇ ਸ਼ਰਮ ਖੰਡ ਤੋਂ ਥੱਲੇ ਹੀ ਰਹਿ ਗਏ। ਇੱਥੋਂ ਨਿਕਲਣਾ ਬੜਾ ਔਖਾ ਹੈ, ਬੜਿਆਂ ਦੀ ਮਿਹਨਤ ਹੋਈ ਤੇ ਭਾਈ ਲੈਣਾ ਹੀ ਨਿਕਲਿਆ ਜਿਹੜਾ ਕਰਮ ਖੰਡ 'ਚ ਪਹੁੰਚਿਆ, ਨਹੀਂ ਤਾਂ ਬੜੇ ਪਿੱਛੇ ਰਹਿ ਗਏ। ਇਸੇ ਕਰਕੇ ਤਾਂ ਗੁਰਬਾਣੀ 'ਚ ਬਚਨ ਆਏ, ਗੁਰੂ ਅਮਰਦਾਸ ਪਾਤਸ਼ਾਹ ਦਾ ਆਪਾਂ ਪੜ੍ਹਦੇ ਹਾਂ, ਖੰਨਿਓ ਤਿੱਖੀ ਵਾਲੋ ਨਿੱਕੀ ਏਤ ਮਾਰਗ ਜਾਣਾ। ਬਾਬਾ ਫਰੀਦ ਜੀ ਕਹਿੰਦੇ, ਵਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ ਬਹੁਤ ਪਈ ਨੀ। ਭਗਤ ਕਬੀਰ ਜੀ ਕਹਿੰਦੇ, ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਏ। ਝੂਠਾ ਬੰਦਾ ਨਹੀਂ ਟਿਕਦਾ, ਇੱਥੇ ਸੱਚੇ ਚਾਹੀਦੇ ਨੇ, ਤੇ ਸੱਚੇ ਉੱਥੇ ਸੱਚੇ ਹੀ ਸੱਚ ਨਿਬੜੈ, ਚੁਣ ਵੱਖ ਕੱਢੇ ਜਿਜ ਮਾਲਿਆ। ਭਾਈ ਗੁਰਦਾਸ ਜੀ ਨੇ ਸਿੱਖੀ ਦੀ ਵਿਆਖਿਆ ਕੀਤੀ, ਜਰਾ ਤੂੰ ਆਪਣੇ ਅੰਦਰ ਧਿਆਨ ਮਾਰਿਓ, ਆਪਾਂ ਇੱਥੇ ਟਿਕੇ ਹਾਂ। ਗੁਰਸਿੱਖੀ ਦਾ ਰੂਪ ਦੇਖ ਇੱਕ ਸਬਾਜ ਨਾ ਹੋਰ ਸਦੇਖਿਆ, ਜਿਹਨੇ ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ ਨਾ, ਉਹ ਫਿਰ ਇੱਕ ਤੋਂ ਬਿਨਾਂ ਥਾਂ ਥਾਂ 'ਤੇ ਮੱਥਾ ਨਹੀਂ ਜੇ ਟੇਕਦਾ। ਗੁਰਸਿੱਖੀ ਦਾ ਰੂਪ ਦੇਖ ਇੱਕ ਸਬਾਜ ਨਾ ਹੋਰ ਸਦੇਖਿਆ, ਗੁਰਸਿੱਖੀ ਦਾ ਚਾਨਣਾ ਲੱਖ ਅੰਮ੍ਰਿਤ ਫਲ ਫਿੱਕੇ ਲੇਖੈ। ਗਿੰਨੇ ਸ਼ਬਦ ਸੁਣ ਲਿਆ ਨਾ, ਉਹਨੂੰ ਦੁਨਿਆਵੀ ਪਦਾਰਥਾਂ ਦਾ ਚਸਕਾ ਨਹੀਂ ਰਹਿੰਦਾ, ਉਹ ਫਿਰ ਇਸ ਮਾਰਗ 'ਤੇ ਤੁਰ ਪਿਆ। ਗੁਰਸਿੱਖੀ ਦੀ ਵਾਸ ਲੈ ਹੋਏ ਦੁਰਗ ਸੁਗੰਧ ਸੁਰੇਖਾ, ਜਿਹਨੇ ਗੁਰਖੀ ਦੀ ਖੁਸ਼ਬੂ ਲਈ ਉਹਨੂੰ ਦੁਨਿਆਵੀ ਖੁਸ਼ਬੂਆਂ ਦੀ ਕੀ ਲੋੜ ਪੈ ਗਈ। ਇੱਕ ਪਖਰਖਾ ਸਾਂਝਾ ਮੈਂ ਗੱਲ ਜਿਹੜੀ ਸ਼ੁਰੂ ਕੀਤੀ ਉਹਨੂੰ ਕਲੀਅਰ ਕਰ ਲਈਏ ਪਹਿਲਾਂ, ਬਈ ਤਨ ਮਨ ਧਨ ਕਿੱਦਾਂ ਭੇਟਾ ਕਰਨਾ, ਅੱਖਾਂ ਕਿੱਦਾਂ ਭੇਟਾ ਕਰਨੀਆਂ,
एक पक्ष गुरु नानक देव पातशाह महाराज का। गुरु नानक देव पातशाह ने जो श्री राग शुरू किया 14 अंक के पहला शब्द है, पहले शब्द से ना 4-5 उदाहरण है, तो प्रैक्टिकल भी है गुरु नानक देव पातशाह का। धरती तो हीरे लाल जड़ती, पलंग लाल कड़ाओ, मोहनी मुख मणि सोहै करै रंग पसाओ, मत देख भूला मीसरै तेरा चेतना आवै ना। गुरु नानक देव पातशाह दी दो प्रीख्यावां होईयां, सिखो कित्थे बैठे हो, इत्थे तां रब नूं प्रीख्यावां देणियां पईयां, रब दा रूप सी ना। पर मैं कहना भी जिन्हें प्रीख्या लई ना उन्हां दे विच्चों एक प्रीख्या लैण वाला सच्चा सिख सी जिहड़ा श्रीलंका दा राजा सी शिवनाम। ते एक होर गल सुणियो, उन्हें अजे तक बाबे नानक नूं देखिया नहीं सी पर सिख बन चुका सी, देखिया नहीं सी। इन्ना सिखां दा जीवन उच्चा हुंदा सी, भाई भगीरथ दे राहीं सिख बनदा, भाई मन सुख, भाई मन सुख मैल सिंहां दा रहण वाला जलंधर दे नेड़े, मलसियां कहदे आ सौखा, ते भाई मन सुख भाई भगीरथ तो सिख बन गया जदों भाई भगीरथ दे जीवन देखिया। अज कमाल है, अज तां सवेर तों लैके शाम तक लाइव टैलीकास्ट है, कीर्तन भी होंदा, कथा भी होंदी है, अज क्यों नहीं जीवन बदलता पिया? एक कारण है, कारण एक आ, वो एक कारण यह आ, मेरे समेत कोई गावै रागी नादी बेदी बहु भांत कर, गाने तो असी सारे हाँ, कीर्तन राई कथा राई किसी ना किसी तरीके राई गाँवे हाँ, पर मन राही रब नूं नहीं चेता करदे। आ कारण जी, कोई गावै रागी नादी बेदी बहु भांत करनी हर हर भीजै राम राज। अकबर कहिंदा तानसेन नूं, कहिंदा जदों तू गाउंदा ना मन बड़ा खुश हुंदा, मैं तेरे गुरु नूं मिलना चाहुंदा। बई तेरे अंदर जिन्ना जस है ते कमाल है, मैं तेरे गुरु नूं मिलना चाहुंदा। कहिंदा मेरे गुरु की शर्त है भी, कहिंदा वह बंदे नूं खुश करन लई कीर्तन नहीं करता, वह खुदा नूं खुश करन लई कीर्तन करता है। उन्हें तेरे कहते कीर्तन नहीं करना, उन्हें अपनी मौज करना। कहिंदा कदों करता? कहिंदा तड़के उठ के 2 बजे, तो कहिंदा मैं जागा गा उन्हें सुन लई। जदों जागया उन्हें सुन लई, तो सवेरे तड़के उन्हें 2 बजे कीर्तन किया, तो कीर्तन किया तो अकबर दी अखां च पानी आ गया। कहिंदा कमाल का कीर्तन किया। कहिंदा तानसेन मैं एक गल दस भी, तू करदा खुश हुंदा मन, पर इन्ना नहीं खुश होया जिन्ना इन्नू सुन के होया। कहिंदा एक फर्क है। कहिंदा की फर्क है? कहिंदा बादशाह मैं तैनू खुश करन लई कीर्तन करदा, वह रब नू खुश करन लई कीर्तन करदा है। आ फर्क है। ते चेता रखियो, तानसेन का गुरु हरिसैन, हरिसैन का गुरु भाई मरदाना, ते मरदाने का गुरु जगत गुरु गुरु नानक देव पातशाह। उन्हों का जीवन कितने होगा? फर्क यह रह गया, उदो सिख सिख नूं मिलदा सी अपने आप जीवन ढाल लैंदा सी, अज साडे विच किते ना किते कपट आ गया। साध संगत कोई गावै रागी नादी मेदी बहु भांत करनी हर हर भीजै राम राजे। हुण अगली गल, भाई भगीरथ राय भाई मनसुख सिख बन गया, ते भाई मनसुख व्यापार करदा सी श्रीलंका सिंगला दीप तक, ते उत्थे जाके बाबे नानक दीयां साखियां उन्हों दसियां, ते ओह बड़ा हैरान होया भी इदां दा जीवन आ, भी बाबा किरत भी करदा, बाबा हल भी चलाउंदा, बाणी भी रचदा, सीधे रस्ते पा रिहा, उत्थे ओह सिख बन गया। ते उत्थे बाबे नानक दा नां लैके कई पखंडी चले गए, उन्हें प्रीख्या लई सारे फेल हो गए, सारे फेल हो गए। जदन सच्ची सतगुर अगम अगाध पुरख केड़ा झले गुरु की झाला, गुरु नानक दे पातशाह उत्थे पहुंचे ना, ते किसे ने जाके कहा भी अज गुरु नानक आए ने, ते उन्हें पहला वेसवावां नूं भेजिया, उन्होंने नृत्य किया नाच किया, तो गुरु नानक देव पातशाह महाराज के मुख तो बाणी आई, गाछों पुत्री राज कुआर नाम भणो सच दोत सवार, धियो धियो तुहाडा काम नचना नहीं है, अपने घर नू जाओ, रब की इबादत करो, रब नू प्राप्त कर लोगियां। ते नचन वालियां दा अखां च पानी आ गया, पहला महापुरखे जिन्हें आके सानू धियां गया, पहला महापुरखे जिन्हें आके सानू धियां गया।
ਤੇ ਜੇ ਬਾਬੇ ਨੇ ਕਿਹਾ ਏ ਮੋਹਣੀ ਮੁੱਖ ਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੁੱਲਾ ਮੀਸਰੈ ਤੇਰਾ ਚੇਤਨਾ ਆਵੇ ਨਾ ਉਹ ਤੇ ਬਾਬੇ ਨੇ ਪ੍ਰੈਕਟੀਕਲ ਵੀ ਕੀਤਾ ਅੱਜ ਸਿੱਖੋ ਆਪਾਂ ਇੱਥੇ ਥਿੜਕ ਰਹੇ ਹਾਂ ਆਪਾਂ ਸ਼ਰਮਖੰਡ ਦੇ ਵਿੱਚ ਇੱਥੇ ਥਿੜਕੇ ਹੋਏ ਹਾਂ ਕਰਮਖੰਡ ਤਾਂ ਦੂਰ ਦੀ ਗੱਲ ਆ ਇੱਥੇ ਆਪਾਂ ਥਿੜਕ ਗਏ ਅਗਲੀ ਗੱਲ ਇੱਕ ਹੋਰ ਮੈਂ ਪੱਖ ਰੱਖਦੇ ਹਾਂ ਜੀ ਇਮਤਿਹਾਨ ਦਾ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਦਾ ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਸਿੱਧਾਂ ਦੇ ਕੋਲ ਗਏ ਉੱਥੇ ਵੀ ਪ੍ਰੀਖਿਆ ਹੋਈ ਸਿੱਧਾਂ ਦੇ ਕੋਲ ਜਦੋਂ ਸਿੱਧਾਂ ਦੇ ਨਾਲ ਵਿਚਾਰ ਚਰਚਾ ਹੋਈ ਨਾ ਤੇ ਉਹਨਾਂ ਨੇ ਕਿਹਾ ਇੰਨਾ ਰੋਸ਼ਨ ਦਿਮਾਗ ਜੇ ਕਿਤੇ ਸਾਡੇ ਮਤ 'ਚ ਆ ਜਾਵੇ ਤਾਂ ਸਾਡੇ ਮਤ ਦਾ ਬੋਲਬਾਲਾ ਹੋ ਜਾਏਗਾ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ ਸਿੱਧੀ ਮਨੇ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੇ ਬਾਲਾ ਬਈ ਕਿਸੇ ਤਰੀਕੇ ਨਾਲ ਇਹ ਰਿਸ਼ਵਤ ਲੈ ਲਵੇ ਮੈਂ ਸੌਖੇ ਸ਼ਬਦਾਂ 'ਚ ਅਰਥ ਕਰਦਿਆਂ ਬਈ ਇੱਦਾਂ ਦਾ ਦਿਮਾਗ ਇਹਨਾਂ ਦਾ ਇਹ ਤਾਂ ਸਾਡੇ ਮਤ 'ਚ ਆ ਜਾਵੇ ਤਾਂ ਦੁਨੀਆਂ 'ਚ ਸਾਡਾ ਮਤ ਫੈਲ ਜਾਏਗਾ ਸਿੱਧੀ ਮਨੈ ਵਿਚਾਰਿਆ ਕਿਵੇਂ ਦਰਸ਼ਨ ਇਹ ਲੇਵੈ ਬਾਲਾ ਐਸਾ ਜੋਗੀ ਕਲੀ ਮੈਂ ਹਮਰਾ ਪੰਥ ਕਰੇ ਉਜਾਲਾ ਸਾਡੇ ਪੰਥ ਦਾ ਉਜਾਲਾ ਕਰ ਦੇਗਾ ਹੁਣ ਪ੍ਰੀਖਿਆ ਕੀ ਲਈ ਖੱਪਰ ਦਿੱਤਾ ਨਾਥ ਜੀ ਭਾਂਡਾ ਦਿੱਤਾ ਸੌਖੇ ਸ਼ਬਦਾਂ 'ਚ ਅਰਥ ਕਰਦਿਆਂ ਪਾਣੀ ਭਰ ਲੈ ਮੈਨੂੰ ਉੱਠ ਚਾਲਾ ਜਾਓ ਪਾਣੀ ਭਰ ਕੇ ਲਿਆਓ ਤੇ ਗੁਰੂ ਨਾਨਕ ਦੇ ਪਾਤਸ਼ਾਹ ਪਾਣੀ ਭਰਨ ਚਲੇ ਗਏ ਭਾਈ ਗੁਰਦਾਸ ਜੀ ਕਹਿੰਦੇ ਵੀ ਉੱਥੇ ਪਾਣੀ ਹੈ ਹੀ ਨਹੀਂ ਸੀ ਉੱਥੇ ਪਾਣੀ ਹੈ ਹੀ ਨਹੀਂ ਸੀ ਬਾਬਾ ਆਇਆ ਪਾਣੀ ਹੈ ਤੇ ਪਾਣੀ ਲੱਭਾ ਹੀ ਨਹੀਂ ਤੇ ਕੀ ਲੱਭਾ ਡਿੱਠਾ ਰਤਨ ਜਵਾਹਰ ਮਾਲਾ ਉੱਥੇ ਹੀਰੇ ਮੋਤੀ ਜਵਾਹਰਾ ਦਿਸੇ ਤੇ ਸੱਚੇ ਪਾਤਸ਼ਾਹ ਨੇ ਕੀ ਕੀਤਾ ਫੜੇ ਥੋੜਾ ਦੇਖ ਕੇ ਅਣਡਿੱਠ ਕੀਤਾ ਅਰਦਾਸ 'ਚ ਪੜ੍ਹਦੇ ਹਾਂ ਆ ਗਏ ਜੋਗੀ ਕਹਿੰਦੇ ਵੀ ਲੱਭਾ ਨਹੀਂ ਲੈ ਕੇ ਨਹੀਂ ਆਏ ਪਾਣੀ ਕਹਿੰਦੇ ਪਾਣੀ ਤਾਂ ਹੈ ਹੀ ਨਹੀਂ ਤੇ ਕੀ ਸੀ ਸਤਿਗੁਰੂ ਕਹਿੰਦੇ ਸਾਡਾ ਧਿਆਨ ਹੀ ਨਹੀਂ ਗਿਆ ਕੀ ਸੀ ਅਸੀਂ ਦੇਖਿਆ ਹੀ ਨਹੀਂ ਇਹ ਆ ਗੁਰੂ ਦਾ ਜੀਵਨ ਸਤਿਗੁਰ ਅਗੰਮ ਅਗਾਧ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ ਸਤਿਗੁਰੂ ਆ ਗਏ ਸਿੱਖੋ ਗੁਰੂ ਦਾ ਇਮਤਿਹਾਨ ਹੋਇਆ ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਜੋ ਪਹਿਲੇ ਸ਼ਬਦ 'ਚ ਕਿਹਾ ਨਾ ਸੁਲਤਾਨ ਹੋਵਾਂ ਮੇਰ ਲਸ਼ਕਰ ਤਖ਼ਤ ਰਾਖਾ ਪਾਉਂ ਹੁਕਮ ਹਾਸਲ ਕਰੀ ਬੈਠਾ ਨਾਨਕਾ ਸੁਭਾਉ ਮਤ ਦੇਖ ਭੁੱਲਾ ਮੀਸਰੈ ਤੇਰਾ ਚੇਤਨਾ ਆਵੇ ਨਾ ਉਹ ਇਹ ਪ੍ਰੈਕਟੀਕਲ ਤੌਰ 'ਤੇ ਕਰਕੇ ਵੀ ਦਿਖਾਇਆ ਇਹ ਦੋ ਇਮਤਿਹਾਨ ਹੈ ਗੁਰੂ ਨਾਨਕ ਦੇ ਪਾਤਸ਼ਾਹ ਦੇ ਅੱਜ ਸਾਨੂੰ ਇਹਦੇ ਤੋਂ ਤੁਰਨਾ ਚਾਹੀਦਾ ਤਨ ਇਹ ਅੱਖਾਂ ਭੇਟਾ ਕਰਨਾ ਗੁਰੂ ਨੂੰ ਮਨ ਮਨ ਵਿੱਚ ਸਤਿਗੁਰ ਕੈ ਪਾਸ ਤੇ ਧਨ ਲੋੜਵੰਦਾਂ ਦੀ ਸਹਾਇਤਾ ਗੁਰੂ ਨਾਨਕ ਦੇ ਪਾਤਸ਼ਾਹ ਦੇ ਪੱਖ ਰੱਖਦੇ ਹਾਂ ਕਿੱਦਾਂ ਸਹਾਇਤਾ ਕਰਨੀ ਇੱਕ ਬ੍ਰਾਹਮਣ ਆਇਆ ਗੁਰੂ ਨਾਨਕ ਦੇ ਪਾਤਸ਼ਾਹ ਕੋਲ ਕਹਿੰਦਾ ਜੀ ਬੜਾ ਗਰੀਬ ਆ ਬੜਾ ਗਰੀਬ ਆ ਸ਼ਾਇਦ ਇਹ ਪੱਖ ਅਵੇਸਲਾ ਹੋਵੇ ਆਪਾਂ ਨਾ ਸੁਣਿਆ ਹੋਵੇ ਅੱਜ ਤੱਕ ਤੇ ਗੁਰੂ ਨਾਨਕ ਦੇ ਪਾਤਸ਼ਾਹ ਕਹਿੰਦੇ ਦੱਸੋ ਜੀ ਕਹਿੰਦੇ ਧੀ ਦਾ ਆਨੰਦ ਕਾਰਜ ਕਰਨਾ ਵਾਹਿਗੁਰੂ ਆਨੰਦ ਕਾਰਜ ਸ਼ਬਦ ਮੂੰਹ ਨਿਕਲ ਗਿਆ ਵਿਆਹ ਕਰਨਾ ਪਾਣੀ ਰਸਦ ਨਹੀਂ ਹੈ ਪੈਸਾ ਨਹੀਂ ਹੈ ਭਾਈ ਭਗੀਰਥ ਨੂੰ ਭੇਜਿਆ ਸੀ ਵਿੱਚ ਸਮਾਨ ਲੈ ਕੇ ਆ ਗੁਰੂ ਨਾਨਕ ਦੇ ਪਾਤਸ਼ਾਹ ਨੇ ਲੋੜਵੰਦਾਂ ਦੀ ਕਿੱਦਾਂ ਸਹਾਇਤਾ ਕੀਤੀ ਜਿਹੜੀ ਮੈਂ ਸ਼ੁਰੂ 'ਚ ਬੇਨਤੀ ਕੀਤੀ ਸੀ ਨਾਨਕ ਸ਼ਬਦ ਦੇ ਅਰਥ ਦੱਸਦਿਆਂ ਹਰ ਦੋ ਨੂਨੇ ਨਾਮ ਪਾਕਸ਼ ਨਈਮੋ ਨਸੀਰ ਨਈਮੋ ਨਿਆਮਤਾ ਕਰਨ ਵਾਲੇ ਨਸੀਰ ਮਦਦਗਾਰ ਆ ਗੁਰੂ ਨਾਨਕ ਦੇ ਪਾਤਸ਼ਾਹ ਆਲਪੋ ਮਿਆਨੇ ਅਹਿਦ ਕਾਫ ਆਖਰੀ ਰਾਹ ਕਬੀਰ ਵੱਡੇ ਨੇ ਤੇ ਉਹ ਬਾਹਮਣ ਦੀ ਧੀ ਦਾ ਜਿਹੜਾ ਕਾਰਜ ਉਹ ਗੁਰੂ ਨਾਨਕ ਦੇ ਪਾਤਸ਼ਾਹ ਨੇ ਜਿੰਨਾ ਲੋੜ ਸੀ ਜਿੰਨਾ ਰਸਤ ਸੀ ਉਹ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਕੀਤਾ ਉਹ ਦਿੱਤਾ ਉਹਨੂੰ ਨਈਮੋ ਨਸੀਰ ਉਹ ਮਦਦਗਾਰ ਗੁਰੂ ਨਾਨਕ ਦੇ ਪਾਤਸ਼ਾਹ ਨੇ ਕੀਤਾ ਅੱਜ ਸਿੱਖੋ ਬੇਨਤੀ ਕਰਾਂ ਆਪਾਂ ਗੁਰਪੁਰਬ ਮਨਾ ਰਹੇ ਹਾਂ ਤੇ ਆਉਣ ਵਾਲੇ ਸਮੇਂ ਦੇ ਵਿੱਚ 550 ਸਾਲ ਹੈ ਗੁਰੂ ਨਾਨਕ ਦੇ ਪਾਤਸ਼ਾਹ ਕੱਲ੍ਹ ਹੀ ਮੈਂ ਬੇਨਤੀ ਕੀਤੀ ਸੀ ਬਰੇਲੀ ਦੇ ਵਿੱਚ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਨੇ ਕਿਰਤੀਆਂ ਨੂੰ ਪਹਿਲ ਦਿੱਤੀ ਤੇ ਮੈਂ ਆਪਣੀ ਕੌਮ ਨੂੰ ਬੇਨਤੀ ਕਰਾਂਗਾ ਕਿ ਮੇਰੀ ਕੌਮ ਇੱਦਾਂ ਦੇ ਤਰੀਕੇ ਇਹ ਤਹੱਈਆ ਕਰ ਲਏ 550 ਸਾਲਾਂ ਦੇ ਇੱਦਾਂ ਦੇ ਤਰੀਕੇ ਅਪਣਾਵੇ ਕਿ ਮੈਂ ਆਪਣੀ ਕੌਮ ਦੇ ਬੱਚੇ ਬੱਚੇ ਨੂੰ ਰੁਜ਼ਗਾਰ ਦੇ ਦੇਣਾ
मैं अपनी कौम के बच्चा बच्चा किरति बना देना। मुबारक है आप गुरद्वारे से दें मैं हमने जो आ रहे थे ना तो वीर जी होनी बैठे से तो दसते पे इतों की कमेटी ने किस तरीके शस्त्रां की गल दसी शस्त्र किस तरीके देंगे ने तो लोड़वंदा की सहायता भी करते पेने जे कि इदा की सोच असी बना ली ना तो वाकई साडा 550 साल मनाया सफल हो जाएगा। मेरी बेनती है भाई कुछ ना कुछ आपां दसवंध कढ के जां कुछ ना कुछ इस तरीके नाल कार्ज करके जिस तरीके दे नाल गुरु नानक देव पातशाह महाराज ने किरतियां नूं पहल दित्ती। आ पिछे जे आपां दरबार साहिब देखिया ना जी, दरबार साहिब दे विच गुरु रामदास पातशाह महाराज दे गुरपुरब दे उत्ते पता नहीं किन्ने करोड़ां दी डेकोरेशन हुई, सारा कुछ होया, करोड़ा रुपया भी भेटा किया। मुबारक देना चाहिए जितों तक सिख देंदे ने देना चाहिए। मैं बेनती करा भी उत्थे 52 प्रकार के कित्यां वाले लोगों को बुला के सन्मानित भी किया। तुहानू चेता होवे भी अमृतसर गुरु रामदास पातशाह ने सब तो पहला कार्ज की किया सी, जो शहर बनाया सी कार्ज की किया सी अमृतसर, सब तो पहला कार्य यह किया भी इतने किरतियां पहल देनी आ, किरति बनाने ने यह शहर किरतियां का बनेगा। जो किरतियां का शहर बन जाएगा उदो फिर फरीदा बार पराया बैसना साई मुझे न दे जेतू ए वह रख सी जियो शरीरों ले इस पासे जा ही नहीं जाना। जो किरतियां का शहर बन जाएगा मैं एक बेनती करांगा अपनी कौम नू कि 550 साल इदा के कार्य किए जा कि मेरी कौम का एक भी बच्चा बेरोजगार ना हो, सारे किरति बन जाण ते चेता रखियो रही दुनिया तक सिख धर्म को कोई खत्म नहीं कर सकेगा। 550 साल तक आप यही धाइया कर लीए, अरबा रुपया बजट साडा जिहड़ा है इस पासे वल जे लग गया तो बाबे नानक ने जिहड़ी गल कीती विच दुनिया सेव कमाईए तां दरगाह बैसन पाईए साडी शताब्दी मनाई होई सफल हो जाएगी जे आपां इन्हां सिधांतां दे उत्ते चल जावांगे, इन्हां सिधांतां दे उत्ते थोड़ा जिहा तुर पावांगे। बस इह तां ही तुरिया जाएगा जे सतगुर सच्चे पातशाह कृपा करन असी थोड़ा बहुता गुरबाणी आले पासे तुर के गुरु की बाणी नूं समझना शुरू कर दिए। एक निक्की जी बेनती करा समाप्ति वाल लैके आवां। गुरु नानक देव पातशाह ने तीन उदासियां कीतियां ते चौथी गुरु नानक देव पातशाह महाराज की पंजाब दे विच सी, जिथे मन हाली किरसाणी करनी श्रम पाणी तन खेत नाम भिज संतोख सुहागा रख गरीबी वेस, ये सतगुर सच्चे पातशाह ने कार्ज किए करतारपुर के। अखीरली बेनती करके मैं समाप्ति वाल आ रहा भी आपां बाणी नूं पढ़ीए ते बाणी नूं पढ़ के अपना जीवन सफल करन दी कोशिश करिए। साध संगत असी पता नहीं अज तक किन्ने शब्द पढ़ ले होंगे, अभी सज्जन ठग नूं अज तक सज्जन ठग ही कही जाने पर मैं कहां भाई सज्जन बन गया जिन्हें केवल इको शब्द ही सुनिया सी उज्जल कह चिलकना घोटम कालड़ी मस धोत्या तो जूठना उतरै जे सौ धोवा तो तिस सज्जन सेई नाल मैं चलद्या नाल चलन जिथे लेखा मंगी है तिथे खड़ा दिसाना। एक सज्जन होया मैं जी बेनती करनी चाहता भी बाणी नूं पढ़ के विचार हो